ਵਿਊਅਰਸ ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ ਡਾਕਟਰ ਸਾਹਿਬ। ਹੁਣ ਆਪਾਂ ਗੱਲਬਾਤ ਕਰਾਂਗੇ, ਤੁਹਾਡੇ ਵਿਚਾਰ ਸੁਣਾਂਗੇ ਅੱਜ ਦੇ ਜੋ ਸਿਆਸੀ ਅਹਿਮ ਇਸ਼ੂ ਉਸ ਬਾਰੇ ਜੀ ਡਾਕਟਰ ਸਾਹਿਬ। ਦੇਖੋ, ਪਹਿਲਾਂ ਤਾਂ ਅਸੀਂ ਦਰਸ਼ਕਾਂ ਤੋਂ ਫਿਰ ਮਾਫ਼ੀ ਚਾਹੁੰਦੇ ਹਾਂ ਵੀ ਪਹਿਲੇ ਸੈਗਮੈਂਟ 'ਚ ਜਿਹੜੇ ਟੋਪਿਕ ਅਸੀਂ ਪੋਸਟ ਕੀਤੇ, ਜ਼ਾਹਰ ਹੈ ਨਵਜੋਤ ਸਿੱਧੂ ਨੋਟ ਆਊਟ, ਜਿਵੇਂ ਗੁਰਤੇਜ ਸਿੰਘ ਸਾਬਕਾ IAS ਨੇ ਇਸ ਦੇ ਉੱਤੇ ਰਾਈਟ ਅਪ ਲਿਖਿਆ, ਉਹਨੂੰ ਬਾਅਦ 'ਚ ਡਿਸਕਸ ਕਰਾਂਗੇ ਕਿ ਕੁਛ ਘਟਨਾਵਾਂ ਜਿਹੜੀਆਂ ਜਾਂ ਕੁਛ ਸ਼ਖਸੀਅਤਾਂ ਜਿਹੜੀਆਂ ਭਾਵੇਂ ਇੱਕ ਪਾਸੇ ਉਲਟ ਕੇ ਵੀ ਆਪਣੇ ਆਪ ਨੂੰ ਆਪਣੇ ਲੋਕਾਂ ਦੇ ਵਿਰੁੱਧ ਸਾਬਤ ਕਰਨ, ਦੂਸਰਿਆਂ ਦੇ ਪੈਰ ਚੱਟਣ ਤੋਂ ਲੈ ਕੇ ਨੱਕ ਰਗੜਨ ਤੋਂ ਲੈ ਕੇ ਦੰਡਵਤ ਪ੍ਰਣਾਮ ਕਰਨ ਤੱਕ ਜਾਣ, ਲੇਕਿਨ ਜਦੋਂ ਉਸ ਖੈਮੇ ਨੂੰ ਜਿਸ ਨੂੰ ਉਹ ਪਲੀਜ਼ ਕਰਨ ਦੇ ਲਈ ਆਪਣੀਆਂ ਇਖਲਾਕੀ, ਧਾਰਮਿਕ ਔਰ ਜਿਹੜੀਆਂ ਤਹਿਜ਼ੀਬੀ ਵੈਲਿਊਜ਼ ਨੇ ਉਹ ਸਭ ਦਾਅ 'ਤੇ ਲਾ ਕੇ ਵੀ ਤੁਸੀਂ ਦੂਸਰੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹੋ, ਪਰ ਕਿਤੇ ਨਾ ਕਿਤੇ ਇੱਕ ਅੱਧਾ ਤੁਹਾਡਾ ਅੰਦਰਲਾ ਤਾਰ ਜਿਹੜਾ ਕਿ ਉਸ ਤੋਂ ਪ੍ਰਭਾਵਿਤ ਨਹੀਂ ਹੋਇਆ, ਉਹ ਜੇ ਆਪਣਾ ਕੋਈ ਰਾਗ ਸੁਣਾ ਦੇ ਅਤੇ ਫਿਰ ਜਿਹਨਾਂ ਦੇ ਲਈ ਤੁਸੀਂ ਸਭ ਕੁਛ ਨਿਛਾਵਰ ਕੀਤਾ ਹੁੰਦਾ, ਆਪਣਿਆਂ ਵੱਲ ਪਿੱਠ ਕੀਤੀ ਹੁੰਦੀ ਹੈ, ਉਹ ਤੁਹਾਡੇ ਉਸ ਨੂੰ ਹੀ ਫੜ ਕੇ ਫਿਰ ਤੁਹਾਨੂੰ ਐਸਾ ਪੁੱਠਾ ਖੇੜਾ ਦਿੰਦੇ ਨੇ ਕਿ ਤੁਹਾਡੀ ਅਕਲ ਟਿਕਾਣੇ ਆ ਜਾਣੀ ਚਾਹੀਦੀ ਹੈ ਜੇ ਤੁਸੀਂ ਸੱਚਮੁੱਚ ਬੰਦੇ ਦੇ ਪੁੱਤ ਹੋ। ਔਰ ਨਵਜੋਤ ਸਿੱਧੂ, ਹਾਲਾਂ ਪਿਛਲੇ ਦਿਨਾਂ 'ਚ ਹੀ ਜਦੋਂ ਮੈਂ ਨਚਾਰ ਔਰ ਇਹ ਦੂਸਰਾ ਸਾਰੇ ਭਗਵੰਤ ਮਾਨ ਔਰ ਇਸ ਕਲਾਸ ਦੀ ਗੱਲ ਕੀਤੀ ਕਿ ਕਿਵੇਂ ਇਹ ਵੀ ਉਸ ਹਿੰਦੂਤਵੀ ਫਰੇਮਵਰਕ ਜਿਹੜਾ ਬਾਲੀਵੁੱਡ ਦੀ ਫਿਲਮ ਇੰਡਸਟਰੀ ਨੇ 47 ਤੋਂ ਬਾਅਦ ਦੇ ਦੌਰ 'ਚ ਖਾਸ ਤੌਰ 'ਤੇ ਸ਼ੁਰੂ ਕੀਤਾ ਸੀ, ਇਹਦੇ 'ਚ ਸਿੱਖ ਜਿਹੜਾ ਹੈ ਉਹ ਮਸਕਰ ਹੈ, ਉਹ ਜੋਕਰ ਹੈ, ਉਹ ਸ਼ਰਾਬੀ ਹੈ, ਉਹ ਟੈਕਸੀ ਡਰਾਈਵਰ ਹੈ, ਉਹ ਜਿਹੜਾ ਆਊਟ ਆਫ ਮਾਈਂਡ ਹੈ ਔਰ ਉਸ ਦੇ 12 ਵੱਜਦੇ ਨੇ, ਇਸ ਕਿਸਮ ਦੇ ਸਾਰੇ। ਲੇਕਿਨ ਹੌਲੀ 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 ਉਹਦੇ 'ਚ ਕਿਉਂਕਿ ਇੱਕੋ ਹੀ ਕਰੈਕਟਰ ਦਿਖਾ ਦਿਖਾ ਕੇ ਮੋਨੋਟਨੀ ਵੀ ਆਉਂਦੀ ਹੈ, ਫਿਰ ਤੁਸੀਂ ਉਸ ਕਿਸਮ ਦੇ ਫਲੈਮ ਬੋਇੰਟ ਕਰੈਕਟਰ ਲਿਆਉਣ ਦੇ, ਸਿੰਘ ਇਸ ਕਿੰਗ ਬਣਾਉਣ ਦੇ ਨਾਂ ਥੱਲੇ ਦੂਜੇ ਜਿਹੜੇ ਕਿ ਸਮਗਲਰਾਂ ਦੇ ਗਰੁੱਪਾਂ ਨੂੰ ਵੀ ਹੈੱਡ ਕਰਦੇ ਹੋਣ, ਜਿਹੜੇ ਚੈਲੰਜ ਵੀ ਕਰਦੇ ਹੋਣ, ਫਿਰ ਉਹੀ ਕਰੈਕਟਰ ਜਿਹੜਾ ਉਹ ਭੰਗੜੇ ਦੇ ਨਾਂ ਥੱਲੇ ਜਿਹੜਾ ਉਹ ਆਪਣਾ ਹੋਸ਼ੋ ਹਵਾਸ ਜਿਹਨੇ ਗਵਾਇਆ ਹੋਏ ਔਰ ਇਵੇਂ ਨਜ਼ਰ ਆਏ ਵੀ ਜਿਵੇਂ ਸਾਰਾ ਪੰਜਾਬ ਅਤੇ ਸਾਰੇ ਸਿੱਖ ਜਿਹੜੇ ਨੇ ਉਹ ਦਿਨ ਰਾਤ ਇਸ ਕਿਸਮ ਦਾ ਭੰਗ ਪੀ ਕੇ, ਜਿੱਥੋਂ ਭੰਗੜਾ ਆਇਆ ਉਸ ਕਿਸਮ ਦੀ ਜਿਹੜੇ ਭੰਗ ਦੇ ਹੀ ਭੰਗੜੇ 'ਚ ਨੇ। ਲੇਕਿਨ ਉਸ ਸਾਰੇ ਦੇ ਬਾਵਜੂਦ ਕੁਛ ਕਰੈਕਟਰਸ ਜਿਨ੍ਹਾਂ ਨੇ ਬੇਸ਼ੱਕ ਡਿਫਰੈਂਟ ਫੀਲਡਸ ਦੇ ਵਿੱਚ ਨਾਮਨਾ ਖੱਟਿਆ ਔਰ ਉਹਨਾਂ ਦੇ ਵਿੱਚ ਮੈਂ ਸਮਝਦਾ ਵੀ ਜੇ ਨਵਜੋਤ ਸਿੱਧੂ, ਜਿਸ ਨੂੰ ਅਸੀਂ ਟੋਪਿਕ ਆਫ ਡਿਸਕਸ਼ਨ ਪਹਿਲੇ ਸੈਗਮੈਂਟ 'ਚ ਤਾਂ ਨਹੀਂ ਬਣਾਇਆ, ਪਰ ਇਹ ਸੈਗਮੈਂਟ ਉਹਨਾਂ ਦੇ ਨਾਂ ਹੀ ਹੈ, ਭਾਵੇਂ ਹਰ ਪਾਸਿਓਂ ਹੀ ਉਹਨਾਂ ਦੇ ਨਾਂ ਹੈ, ਹਿੰਦੂ ਤਵੀਆਂ ਨੇ ਵੀ ਉਹਨਾਂ ਦੇ ਨਾਂ ਹੀ ਇਸ ਹਫ਼ਤੇ ਨੂੰ ਕੀਤਾ, ਉਹਨੇ ਨਵਜੋਤ ਸਿੱਧੂ ਨੇ ਐਜ਼ ਏ ਕ੍ਰਿਕਟਰ ਆਪਣੀ ਥਾਂ ਬਣਾਈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਿਵੇਂ ਇਮਰਾਨ ਖਾਨ ਦੇ ਵਿੱਚ ਇਹ ਇੱਕ ਕਰੈਕਟਰ ਔਰ ਇੱਕ ਸੱਜਣ ਜਿਹੜੇ ਕਿ ਹਿਊਸਟਨ 'ਚ ਮਿਲੇ, ਉਹ ਮੈਨੂੰ ਕਹਿਣ ਲੱਗੇ, ਕਹਿੰਦੇ ਜੀ ਦੇਖੋ ਮਤਲਬ ਅਸੀਂ ਕਈ ਵਾਰੀ ਇਹਨਾਂ ਦੀ ਜ਼ਹਿਨੀਅਤ ਨਹੀਂ ਸਮਝ ਸਕਦੇ, ਜਿਹੜੀ ਵੱਡ ਗਿਣਤੀ ਜਾਂ ਮੈਜੋਰਟੀ ਕਮਿਟੀ ਹੈ। ਕਹਿੰਦੇ ਜੀ ਮੈਂ ਸੀਐਟਲ ਗਿਆ ਪਿਛਲੇ ਦਿਨਾਂ 'ਚ ਔਰ ਇੱਕ ਮੇਰੇ ਦੋਸਤ ਜਿਹੜੇ 30-35 ਸਾਲ ਤੋਂ ਸਾਡੇ ਗੁਆਂਢ 'ਚ ਰਹਿੰਦੇ ਪੰਡਿਤ ਜੀ, ਜਿਹਨਾਂ ਦੇ ਦੁੱਖ ਸੁੱਖ 'ਚ ਅਸੀਂ ਵੀ ਜਾਂਦੇ ਹਾਂ, ਉਹ ਵੀ ਆਉਂਦੇ ਨੇ ਵੀ ਉਹਨਾਂ ਦਾ ਲੜਕਾ ਕੋਈ ਸਹਿਜ ਸੁਭਾਈ ਗੱਲ ਚੱਲ ਰਹੀ ਸੀ ਅਤੇ ਉਹ ਕਹਿਣ ਲੱਗਾ ਵੀ ਇਮਰਾਨ ਖਾਨ ਸਾਡੇ ਲਈ ਉਹ ਆਪਣੇ ਇੰਡੀਆ ਦੇ ਪਰ ਬੜਾ ਖਤਰਨਾਕ ਸਾਬਤ ਹੋਏਗਾ। ਅਤੇ ਉਹ ਕਹਿੰਦੇ ਮੈਂ ਵੀ ਬਿਨਾਂ ਕੋਈ ਆਪਣਾ ਦਿਖਾਇਆ ਕਿ ਵੀ ਮੇਰੀ ਕੀ ਵਿਚਾਰਧਾਰਾ ਹੈ, ਕਿਉਂਕਿ
ਮੈਂ ਉਹਨਾਂ ਨੂੰ ਕਿਹਾ ਕਿ ਵੀ ਕਿਉਂ ਕਿਵੇਂ ਪੰਡਿਤ ਜੀ? ਕਹਿੰਦੇ ਇਹਨੇ ਆਪਣੀ ਹਾਰੀ ਹੋਈ ਮਰੀ ਹੋਈ ਟੀਮ ਨੂੰ ਵਰਲਡ ਕੱਪ ਜਿਤਾਇਆ ਸੀ, ਔਰ ਇਹ ਜਿਹੜਾ ਜਿਹੜਾ ਬੰਦਾ ਇਸ ਲੈਵਲ ਦੇ ਉੱਤੇ ਫੇਲ ਨੂੰ ਕਾਮਯਾਬ ਕਰਨ ਤੱਕ ਜਾਏ ਉਹ ਸਾਡੇ ਲਈ ਬਹੁਤ ਖਤਰਨਾਕ ਹੈ। ਸੋ ਉਹ ਕਹਿਣ ਲੱਗੇ ਵੀ ਮੈਂ ਵੀ ਇੱਕਦਮ ਸੋਚੀ ਪੈ ਗਿਆ ਕਿ ਅੱਛਾ ਇਹ ਇਵੇਂ ਸੋਚਦੇ ਨੇ ਅੱਜ। ਮੈਂ ਇੱਕ ਜ਼ਹਿਨੀਅਤ ਦੀ ਗੱਲ ਕਰ ਰਿਹਾ ਕਿ ਵੀ ਅਜੇ ਤਾਂ ਉਹਦੇ ਸਾਹਮਣੇ ਕਿੰਨੇ ਚੈਲੇਂਜ ਨੇ, ਅਮਰੀਕਾ ਦਾ ਕੀ ਹੈ, ਸਟੇਟ ਕਰਜ਼ਾਈ ਹੈ, ਲਾਅ ਐਂਡ ਆਰਡਰ ਦੀਆਂ ਨੇ, ਹੋਰ ਨੇ, ਪਰ ਇੱਧਰ ਪੰਡਿਤ ਜੀ ਨੂੰ ਇਹ ਫਿਕਰ ਪਿਆ ਹੋਇਆ ਕਿ ਵੀ ਅਸੀਂ ਜਿਹਨੂੰ ਫੇਲਡ ਸਟੇਟ ਬਣਾ ਕੇ ਅਤੇ ਦੁਨੀਆਂ 'ਚ ਅਤੇ ਦਹਿਸ਼ਤਗਰਦੀ ਅਤੇ ਫਲਾਣਾ ਬਣਾਇਆ, ਉੱਥੇ ਜਿਹੜਾ ਇਹ ਇਮਰਾਨ ਖਾਨ ਜਿਹੜਾ ਜਿਹਦੇ 'ਚ ਉਹ ਟ੍ਰੇਟ ਹੈ ਕਿ ਉਹ ਹਾਰ ਨੂੰ ਜਿੱਤ 'ਚ ਬਦਲ ਸਕਦਾ, ਕਿਤੇ ਪਾਕਿਸਤਾਨ ਨੂੰ ਖੜਾ ਹੀ ਨਾ ਕਰਦੇ। ਹੁਣ ਜਦੋਂ ਤੁਸੀਂ ਇਸ ਕਰੈਕਟਰ ਨੂੰ ਦੇਖੋਗੇ ਤਾਂ ਫਿਰ ਨਵਜੋਤ ਸਿੱਧੂ ਦਾ ਫਿਨੋਮੇਨਾ ਵੀ ਸਮਝ ਆਏਗਾ। ਦੂਸਰਾ ਪਾਰਟ ਮੈਂ ਸਮਝਦਾ ਵੀ ਜਿਹੜਾ ਪਾਰਟ ਜਿਵੇਂ ਨਵਜੋਤ ਸਿੱਧੂ ਦੇ ਕੰਟੈਕਟ 'ਚ ਉਹਨੂੰ ਇਹ, ਔਰ ਮੈਂ ਅੱਗੇ ਵੀ ਸ਼ਾਇਦ ਇੱਕ ਵਾਰੀ, ਹਾਲਾਂ ਕੋਈ ਕ੍ਰਿਕਟ ਮੇਰੀ ਕੋਈ ਦਿਲਚਸਪੀ ਦਾ ਵਾਇਜ਼ ਨਹੀਂ ਹੈ, ਮੈਂ ਇਹਨੂੰ ਹਮੇਸ਼ਾ ਇੱਕ ਗੁਲਾਮੀ ਦੀ ਖੇਡ ਗਿਣਦਾ ਕਿ ਵੀ ਇਹ ਅੰਗਰੇਜ਼ ਜਿਨ੍ਹਾਂ ਨੇ ਰੂਲਰ ਕਲਾਸ ਸੀ ਦੂਜਿਆਂ ਮੁਲਕਾਂ 'ਚ ਜਾ ਕੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ ਸੀ, ਖੁੱਲ੍ਹਾ ਪੈਸਾ ਸੀ, ਦਿਨ ਕਿਵੇਂ ਬਿਤਾਉਣਾ, ਅਤੇ ਉਹ ਲੱਗੇ ਹੁੰਦੇ ਸੀ ਬੈਟ ਬੱਲਾ ਲੈ ਕੇ ਸਾਰਾ ਸਾਰਾ ਦਿਨ, 5 ਦਿਨ ਦੇ ਟੈਸਟ ਮੈਚ, ਲਾਰਡਸ ਦੀ ਗੇਮ ਕਿ ਵੀ ਉਹ ਅਮੀਰਾਂ ਦੀ, ਔਰ ਦੂਜੇ ਲੋਕ ਆਮ ਵਿਚਾਰੇ ਰੋਟੀ ਰੋਜ਼ੀ ਲਈ ਤਰਸ ਰਹੇ ਹੁੰਦੇ ਸੀ। ਸੋ ਇਹ ਉਹਦੇ 'ਚ ਹੀ, ਔਰ ਜਿੱਥੇ ਜਿੱਥੇ ਫਿਰ ਉਹ ਗਏ, ਖਾਸ ਤੌਰ 'ਤੇ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਇਹ ਸਾਰੀ, ਅੱਜ ਜਦੋਂ ਕਹਿੰਦੇ ਜੀ ਬੜਾ ਪ੍ਰਾਈਡ ਹੁੰਦਾ ਜੀ ਸਾਡੀ ਟੀਮ, ਮੈਨੂੰ ਇਹ ਲੱਗਦਾ ਵੀ ਇਹ ਇੱਕ ਪਾਸੇ ਤਾਂ ਪ੍ਰਾਚੀਨ ਭਾਰਤ ਅਤੇ ਫਲਾਣਾ ਕਰਦੇ, ਇਹ ਕ੍ਰਿਕਟ ਤੁਹਾਡੀ ਖੇਡ ਸੀ ਜਿਹਨੂੰ ਤੁਸੀਂ ਲੈ ਕੇ ਚੰਬੜੇ ਹੋਏ ਹੋ, ਔਰ ਜਿਹਦੇ 'ਤੇ ਬੈੱਟ ਵੀ ਲਾਉਂਦੇ ਹੋ, ਗੈਂਬਲਿੰਗ ਵੀ ਕਰਦੇ ਹੋ, ਸੱਟੇਬਾਜ਼ੀ ਵੀ ਕਰਦੇ ਹੋ, ਦਫ਼ਤਰਾਂ 'ਚ 5-5 ਦਿਨ ਕੰਮ ਨਹੀਂ ਹੁੰਦਾ ਸੀ ਟੈਸਟ ਮੈਚ ਹੁੰਦਾ, ਵਨਡੇ ਕ੍ਰਿਕਟ ਆ ਗਿਆ, ਇਹ ਸਾਰਾ ਜਿਹੜਾ, ਔਰ ਇਹੀ ਹਾਲ ਪਾਕਿਸਤਾਨ ਦਾ, ਇਹੀ ਹਾਲ ਸ਼੍ਰੀਲੰਕਾ ਜਾਂ ਦੂਸਰਿਆਂ 'ਚ। ਸੋ ਮੈਨੂੰ, ਮੇਰਾ ਕੋਈ ਇਹਦੇ 'ਚ ਇੰਟਰਸਟ ਨਹੀਂ ਹੈ, ਮੈਂ ਇਹ ਸਮਝਦਾ ਕਿ ਵੀ ਇਹ ਗੁਲਾਮੀ ਹੈ ਜਿਹੜੀ ਕਿ ਉਹਨੂੰ ਪਰਪੈਚੂਏਟ ਕਰ ਰਹੇ ਨੇ। ਪਰ ਇਹਦੇ 'ਚ ਜੇ ਤੁਸੀਂ ਅਦਰਵਾਈਜ਼ ਐਨਾਲਿਟੀਕਲੀ ਦੇਖੋ ਕਿ ਜਦੋਂ ਇਹਨਾਂ ਦੀ ਇੱਕ ਤੋਂ ਬਾਅਦ ਇੱਕ ਵਿਕਟ ਕਲੈਪਸ ਹੁੰਦੀ ਹੈ, ਉਹ ਭਾਵੇਂ ਕੋਈ ਫਾਸਟ ਬੋਲਰ ਹੈ, ਕੋਈ ਪਿੱਚ ਫੇਵਰੇਬਲ ਨਹੀਂ ਹੈ, ਕੋਈ ਅਦਰਵਾਈਜ਼ ਹੈ, ਤਾਂ ਫਿਰ ਜਿਹੜੇ ਵੀ ਖਿਡਾਰੀ ਦੋਨੋਂ ਪਾਸਿਆਂ ਤੋਂ, ਭਾਵੇਂ ਉਹ ਸਿੱਖ ਹੈ ਜਾਂ ਪਠਾਨ ਹੈ, ਔਰ ਜਦੋਂ ਉਹ ਈਵਨ, ਮੈਂ ਉਹਨਾਂ ਸਪਿਨਰਸ ਦੀ ਵੀ ਬਿਸ਼ਨ ਸਿੰਘ ਬੇਦੀ ਵਰਗੇ ਦੀ ਗੱਲ ਕੀਤੀ ਸੀ ਜਿਹੜਾ ਸਪਿਨਰ ਹੀ ਸੀ, ਪਰ ਅਖੀਰ ਜਦੋਂ ਇਹਨਾਂ ਦਾ ਆਰਡਰ ਕਲੈਪਸ ਤੀਸਰੇ ਚੌਥੇ ਤੱਕ ਜਿਹੜੀਆਂ ਜੋੜੀਆਂ ਬਣਾਈਆਂ ਹੁੰਦੀਆਂ ਇਹਨਾਂ ਨੇ ਕਿ ਜੀ ਬਹੁਤ ਵਧੀਆ ਬੈਟਸਮੈਨ ਨੇ, ਉਹ ਜਦੋਂ ਫਿਰ ਡਿੱਗਦੀਆਂ ਸੀ ਤਾਂ ਫਿਰ ਉਹ ਸਪਿਨਰ ਸਿੱਖ ਵੀ ਖਲੋ ਜਾਂਦੇ ਸੀ, ਕਿਉਂਕਿ ਇਹ ਇੱਕ ਬਿਲਟਿਨ ਕਰੈਕਟਰ, ਜਦੋਂ ਇਰਫਾਨ ਖਾਨ ਦੀ ਗੱਲ ਕਰ ਰਹੇ ਨੇ, ਇਮਰਾਨ ਖਾਨ ਦੀ, ਸੋ ਜ਼ਾਹਰ ਹੈ ਇਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਵੀ ਪਠਾਨ ਦੇ ਵਿੱਚ ਵੀ ਔਰ ਸਿੱਖ ਦੇ ਵਿੱਚ ਵੀ ਇੱਕ ਇਹ ਕਰੈਕਟਰਿਸਟਿਕ ਹੈ ਕਿ ਜਿਵੇਂ ਲੜਾਈ ਟਫ ਹੁੰਦੀ ਹੈ, ਜਿੰਨੇ ਤੁਸੀਂ ਲੂਜ਼ਿੰਗ ਪਾਰਟ 'ਚ ਜਾਂਦੇ ਹੋ ਉਨੀ ਤੁਸੀਂ ਉਹਦੇ 'ਚ ਤੁਹਾਡੇ 'ਚ ਸਟੱਬਰਨੈਸ ਔਰ ਤੁਹਾਡੇ 'ਚ ਸਟਰੈਂਥ ਨਿਕਲਦੀ ਹੈ, ਇਹ ਇਹਨਾਂ ਨੂੰ ਸਮਝ ਨਹੀਂ ਆ ਸਕਦੀ। ਔਰ ਇਹ ਕਰੈਕਟਰ ਜਿਨ੍ਹਾਂ ਨੇ ਅੰਗਰੇਜ਼ਾਂ ਨੇ ਹੀ, ਜਿਨ੍ਹਾਂ ਨੇ ਗੁਲਾਮੀ ਦੀਆਂ ਸੰਗਲਾਂ ਉੱਥੇ ਪਾਈਆਂ 200 ਸਾਲ ਸਬ ਕੰਟੀਨੈਂਟ ਦੇ ਵਿੱਚ, ਉਹਨਾਂ ਨੇ ਐਨਾਲਾਈਜ਼ ਕੀਤਾ ਹੋਇਆ, ਇਸ ਲਈ ਜਦੋਂ, ਔਰ ਇਹੀ ਗੱਲ ਜੇ ਅਸੀਂ ਪਠਾਨ ਦੇ ਕਰੈਕਟਰਸ ਦੇ ਵਿੱਚ ਹੋਰ ਵੀ ਪਾਰਟ ਦੇਖੀਏ, ਜਦੋਂ ਇਮਰਾਨ ਖਾਨ ਇੱਕ ਵਾਰ ਉੱਥੇ ਸ਼ਾਇਦ ਕਰਨ ਥਾਪਰ ਦਾ ਸ਼ੋਅ ਸੀ ਜਾਂ ਕਿਹਦਾ ਸੀ, ਉੱਥੇ ਆਇਆ ਤਾਂ ਉਹਨੂੰ ਇਹ ਪੁੱਛਿਆ, ਉਦੋਂ ਅਜੇ ਇਹ ਆਮ ਇਹਦੀ ਪਾਰਟੀ ਸੀ ਤਹਿਰੀਕ ਇਨਸਾਫ, ਔਰ ਹਾਰਿਆ ਹੋਇਆ ਸੀ ਚੋਣਾਂ ਵਗੈਰਾ, ਅਤੇ ਉਹਨੂੰ ਪੁੱਛਿਆ ਕਿ ਵੀ ਇਹ ਅਫਗਾਨਿਸਤਾਨ ਦੀ ਜੰਗ, ਉੱਥੇ ਪੀਸ ਕਿਉਂ ਨਹੀਂ ਹੈ ਜਾਂ ਦੂਜਾ, ਤਾਂ ਉਹਨੇ ਗੱਲ ਕਹੀ, ਉਹਨੇ ਕਿਹਾ ਜੀ ਰੱਬ ਨੇ ਦੋ ਕਿਸਮ ਦੀ ਜਿਹੜੇ ਨੇ ਬਣਾਈ ਮਖਲੂਕ,
ਉਹਨੇ ਕਿਹਾ ਵੀ ਇੱਕ ਤਾਂ ਮਖਲੂਕ ਇੱਕ ਪਠਾਨ। ਉਹਨੇ ਕਿਹਾ ਇਹ ਆਮ ਮਖਲੂਕ ਨਹੀਂ ਹੈ। ਫਿਰ ਉਹਨੇ ਗੱਲ ਕੀਤੀ ਕਿ ਬਈ ਉਹ ਪਿਆਰ ਨਾਲ ਤੁਸੀਂ ਜੋ ਮਰਜ਼ੀ ਕਰੋ, ਪਰ ਜੇ ਤੁਸੀਂ ਕਹੋ ਕਿ ਜੀ ਇਹ ਤੁਸੀਂ ਡਰਾ ਕੇ ਔਰ ਦੂਜਾ, ਉਹ ਫਿਰ ਉਹਨਾਂ ਦੀ ਹਿਸਟਰੀ ਪੜ੍ਹ ਲਓ, ਦੇ ਕੀਪ ਔਨ ਫਾਈਟਿੰਗ। ਉਹਨੇ ਕਿਹਾ ਜੀ ਇਹੀ ਗੱਲ ਅਮਰੀਕਾ ਜਾਂ ਅਮਰੀਕਾ ਰਾਹੀਂ ਜੇ ਪਾਕਿਸਤਾਨ ਨੇ ਵੀ ਇਹ ਕੁਛ ਕੀਤਾ ਤਾਂ ਉਹ ਹੋਸਟਾਈਲ ਨੇ। ਸੋ ਕੁੱਲ ਮਿਲਾ ਕੇ ਸਗੋਂ ਜਿਹੜਾ ਕੋਈ ਠੀਕ ਉਸ ਖਿੱਤੇ ਦੇ ਵਿੱਚ ਪੀਸ ਚਾਹੁੰਦਾ, ਸ਼ਾਂਤੀ ਚਾਹੁੰਦਾ, ਪ੍ਰੋਸਪੈਰਿਟੀ ਚਾਹੁੰਦਾ, ਉਹਨੂੰ ਖੁਸ਼ੀ ਹੋਣੀ ਚਾਹੀਦੀ ਸੀ ਘੱਟੋ ਘੱਟ ਇਹ ਹਿੰਦੂ ਤੋਂ ਵੀ ਜਾਂ ਹਿੰਦੂ ਮੈਜੋਰਟੀ ਦੇ ਐਂਗਲ ਤੋਂ ਕਿ ਭਾਈ ਇੱਕ ਬੰਦਾ ਉਹ ਹੈਲਮ ਆਫ ਅਫੇਅਰਸ ਦੇ ਉੱਤੇ ਆਇਆ ਜਿਹੜਾ ਪਠਾਨ ਹੈ, ਨਿਆਜ਼ੀ ਹੈ, ਜਿਹੜਾ ਉਸ ਸਾਰੇ ਨੂੰ ਸਮਝਦਾ, ਜਿਹਦੇ ਕੋਲ ਇਹ ਗੁਣ ਹੈ ਕਿ ਵੀ ਉਹਨੇ ਹਾਰ ਨੂੰ ਜਿੱਤ ਦੇ ਵਿੱਚ ਬਦਲਿਆ ਹੋਇਆ, ਜਿਹਦੇ ਕੋਲ ਜੇ ਉਹਨੇ ਆਪਣੀ ਪ੍ਰੋਪਰਟੀ ਦੇ ਨਾਲ ਆਪਣੀ ਮਾਂ ਸ਼ੌਕਤ ਖਾਨਮ ਦੇ ਨਾਂ ਥੱਲੇ ਜਿਹਨਾਂ ਦੀ ਡੈਥ ਕੈਂਸਰ ਨਾਲ ਹੋਈ, ਉਹਨਾਂ ਦੀ ਯਾਦ ਸਟੇਟ ਆਫ ਦਾ ਆਰਟ ਹੋਸਪਿਟਲ ਦੁਨੀਆ ਭਰ ਦੇ ਵਿੱਚ ਬਾਹਰਲੇ ਮੁਲਕਾਂ ਦੇ ਵੀ ਲੋਕ ਔਰ ਫਰੀ ਟ੍ਰੀਟਮੈਂਟ ਦੇ ਲਈ ਉਹ ਖੜਾ ਕੀਤਾ ਔਰ ਸੜਕਾਂ 'ਤੇ ਖਲੋ ਕੇ ਚਾਦਰ ਵਿਛਾ ਕੇ ਮੰਗ ਮੰਗ ਕੇ, ਅਤੇ ਫਿਰ ਇਹ ਬੰਦਾ ਸਗੋਂ ਹੋਪ ਹੈ ਇਕੱਲੇ ਪਾਕਿਸਤਾਨ ਦੀ ਨਹੀਂ ਸਭ ਕੰਟੀਨੈਂਟ ਦੀ, ਔਰ ਉਸ ਦੀ ਮਦਦ ਕਰੀ। ਔਰ ਮੈਂ ਸਮਝਦਾ ਕਿ ਇਹ ਉਸ ਦੀ ਉਸ ਇਮਰਾਨ ਖਾਨ ਵਿਚਲਾ ਇੱਕ, ਕਿਉਂਕਿ ਜਿਹੜਾ ਇੱਕ ਯਾਰ ਕਰੈਕਟਰ ਹੁੰਦਾ ਹੈ ਸਾਡੇ ਉਸ ਸਭ ਕੰਟੀਨੈਂਟ ਦੇ ਵਿੱਚ, ਖਾਸ ਤੌਰ 'ਤੇ ਪੰਜਾਬ ਔਰ ਉਸ ਖਿੱਤੇ 'ਚ ਹੈ, ਉਹਨੇ ਮਹਿਸੂਸ ਕੀਤਾ ਕਿ ਬਈ ਮੇਰਾ ਜਿਹੜਾ ਰਾਈਜ਼ ਹੋਇਆ, ਮੈਂ ਬੇਸਿਕਲੀ ਤਾਂ ਮੇਰਾ ਸ਼ੌਕ ਮੇਰੀ ਸ਼ੋਹਰਤ ਕ੍ਰਿਕਟ 'ਚੋਂ ਨਿਕਲੀ। ਸੋ ਜਿਹੜੇ ਕ੍ਰਿਕਟ ਦੇ ਉਸ ਦੇ ਦਿਨਾਂ 'ਚ ਜਦੋਂ ਟੀਮਾਂ ਇੱਕ ਦੂਜੇ ਦੇ ਖਿਲਾਫ਼ ਵੀ ਖੇਡਦੀਆਂ ਸੀ, ਇੰਡੀਆ ਔਰ ਪਾਕਿਸਤਾਨ, ਔਰ ਮੈਂ ਜਿੰਨੀਆਂ ਵੀ ਸਟੋਰੀਜ਼ ਇਸ ਪੀਰੀਅਡ 'ਚ ਦੇਖੀਆਂ ਨੇ ਕਿ ਵੀ ਜਦੋਂ ਵੀ ਇਮਰਾਨ ਖਾਨ ਦੀ ਟੀਮ ਹਾਰੀ ਵੀ, ਉਹ ਸਭ ਤੋਂ ਪਹਿਲਾਂ ਜਿਹੜਾ ਭਾਰਤੀ ਟੀਮ ਦੇ ਕੈਪਟਨ ਨਾਲ ਗਾਵਸਕਰ ਸੀ, ਹੱਥ ਵੀ ਮਿਲਾਉਣਾ, ਉਹਨੂੰ ਕੋਂਗਰੈਚੁਲੇਟ ਵੀ ਕਰਨਾ, ਔਰ ਇੱਕ ਗ੍ਰੇਸਫੁਲੀ, ਕਿਤੇ ਵੀ ਉਹਨੇ ਡਿਸਗ੍ਰੇਸ ਨਹੀਂ ਦਿਖਾਈ ਹੈ। ਸੋ ਜ਼ਾਹਰ ਹੈ ਵੀ ਉਹਨੇ ਕਪਿਲ ਦੇਵ, ਸ਼ਾਇਦ ਗਾਵਸਕਰ ਔਰ ਨਵਜੋਤ ਸਿੱਧੂ, ਇਹ ਕ੍ਰਿਕਟਰ ਨਵਜੋਤ ਸਿੱਧੂ ਵੀ ਵਧੀਆ ਬੈਟਸਮੈਨ ਸੀ ਔਰ ਉਹਨਾਂ ਜ਼ਮਾਨਿਆਂ 'ਚ ਇਹ ਇੱਕ ਦੂਸਰੇ ਨੂੰ ਮਿਲਦੇ ਵੀ ਸੀ ਟੀਮਾਂ 'ਚ, ਵੀ ਉਹਨਾਂ ਨੂੰ ਇਨਵਾਈਟ ਕੀਤਾ ਐਜ਼ ਏ ਪਰਸਨਲ ਕਿ ਬਈ ਤੁਸੀਂ ਆਓ। ਹੁਣ ਤੁਸੀਂ ਇੰਪੈਕਟ ਦੇਖੋ, ਜਦੋਂ ਅਸੀਂ ਇਹ ਦੇਖਦੇ ਹਾਂ ਔਰ ਅਸੀਂ ਇਹ ਕਹਿੰਦੇ ਹਾਂ ਵੀ ਦੋਵੇਂ ਪਾਸਿਆਂ 'ਚ ਜੇ ਕੋਈ ਸਾਂਝ ਹੈ ਜਾਂ ਦੁਸ਼ਮਣ ਜਿਹੜਾ ਅੱਜ ਦਿੱਲੀ ਤੱਕ, ਉਹ ਕਿਉਂ ਨਹੀਂ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਔਰ ਪਾਕਿਸਤਾਨ ਦੇ ਲੋਕ ਇੱਕ ਦੂਜੇ ਦੇ ਨਾਲ ਮਿਲਣ? ਕਿਉਂ ਜੇ ਪਾਕਿਸਤਾਨ ਕਹਿੰਦਾ ਵੀ ਕਰਤਾਰਪੁਰ ਕੋਰੀਡੋਰ ਅਸੀਂ ਬਣਾ ਦਿੱਤੀ ਹੈ, ਸੜਕ ਬਣਾ ਦਿੱਤੀ ਹੈ, ਤੁਸੀਂ ਖੋਲੋ, ਇਹ ਉਹਨੂੰ ਖੋਲਣ ਨੂੰ ਤਿਆਰ ਨਹੀਂ ਨੇ। ਫਿਰ ਉੱਧਰ ਦੂਜੇ ਪਾਸੇ ਜਿਹੜੀ ਗੱਲ ਈਵਨ ਸਿੱਧੂ ਨੇ ਵੀ ਇਹ ਕਹੀ, ਔਰ ਜਿਸ ਇਹ ਤਕਲੀਫ ਇਹ ਨਹੀਂ ਹੈ ਕਿ ਨਵਜੋਤ ਸਿੱਧੂ ਨੇ ਉਹਨਾਂ ਦੇ ਉਹ ਕਮਰ ਬਾਜਵਾ ਉਹਨਾਂ ਦੇ ਫੌਜੀ ਚੀਫ ਨੂੰ ਹੱਗ ਕਰ ਲਿਆ ਔਰ ਉਹ ਆਜ਼ਾਦ ਕਸ਼ਮੀਰ ਦੇ ਜਿਹੜਾ ਪ੍ਰੈਜ਼ੀਡੈਂਟ ਸੀ ਉਹਦੀ ਕੁਰਸੀ ਦੇ, ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਨਵਜੋਤ ਸਿੱਧੂ ਨੇ ਆਊਟ ਆਫ ਬਾਕਸ ਸੋਚਣਾ ਸ਼ੁਰੂ ਕੀਤਾ। ਹੁਣ ਜਦੋਂ ਤੱਕ ਇਹ ਨਵਜੋਤ ਸਿੱਧੂ ਪੱਕਾ ਹਿੰਦੂਤਵੀ ਬੋਏ, ਦਾੜੀ ਮੁੰਨੀ ਹੋਈ, ਸ਼ਿਵਲਿੰਗ ਦੇ ਸਾਹਮਣੇ ਬੈਠ ਕੇ ਹਰੀ ਓਮ ਕਰਦਿਆਂ ਦੀ ਉਹਦੀ ਫੋਟੋ ਉਹਨੂੰ ਚਾਰ ਚੁਫੇਰੇ ਫੈਲਾਇਆ ਜਾਂਦਾ ਸੀ, ਜਿਹਨੇ ਥਾਈਲੈਂਡ ਤੋਂ ਕਿਤੋਂ ਕਿੰਨੇ ਕਿੰਨੇ ਲੱਖ ਦੇ ਸ਼ਿਵਲਿੰਗ ਇੱਕ ਉਹਨੇ ਅੰਮ੍ਰਿਤਸਰ ਆਪਣੀ ਕੋਠੀ 'ਚ ਕੀਤਾ ਸਥਾਪਿਤ, ਪਟਿਆਲੇ ਦੇ ਆਪਣੇ ਫੈਮਿਲੀ ਹੋਮ 'ਚ ਕੀਤਾ, ਇਹ ਕਿਤੇ ਹੋਰ ਕੀਤਾ, ਉਹ ਪੰਡਿਤ ਰੱਖੇ ਹੋਏ ਨੇ ਪੱਕੇ ਜਿਹੜੇ ਰੋਜ਼ ਸ਼ਿਵ ਜੀ ਦੀ ਪੂਜਾ ਕਰਦੇ ਨੇ, ਜਿਹਦਾ ਬਿੱਲ ਇਹ ਦਿੰਦਾ, ਜਿਹੜਾ ਇੱਕ ਵਾਰੀ ਚਾਰ ਛੇ ਮਹੀਨੇ ਗਾਇਬ ਰਿਹਾ, ਉਹਨੂੰ ਕਿਹਾ ਜੀ ਕਿੱਥੇ ਗਏ, ਮੈਂ ਭੋਲੇਨਾਥ ਕੇ ਸਭੀ ਧਾਮੋਂ ਪੇ ਗਿਆ ਥਾ ਉਨਕੇ ਦਰਸ਼ਨ ਕਰਨੇ।
ਔਰ ਜਿਹਨੇ ਲਾਲ ਮੌਲੀ ਦਾ ਧਾਗਾ ਬੰਨਿਆ ਹੋਇਆ 2002 ਚ ਜਦੋਂ ਕਿ ਮੋਦੀ ਨੇ ਹਜ਼ਾਰਾਂ ਮੁਸਲਮਾਨ ਗੁਜਰਾਤ ਦੇ ਵਿੱਚ ਮਾਰੇ ਔਰ ਉਸ ਤੋਂ ਬਾਅਦ ਕੋਈ ਉੱਥੇ ਉਹਦੀ ਦੂਸਰੀ ਟਰਮ ਦੇ ਵੇਲੇ ਕੋਈ ਜਾਣ ਨੂੰ ਤਿਆਰ ਨਹੀਂ ਸੀ ਉਹਦੇ ਇਲੈਕਸ਼ਨ ਕੈਂਪੇਨ ਦੇ ਵਿੱਚ। ਇਹ ਨਵਜੋਤ ਸਿੱਧੂ ਨਾਲ ਗਿਣਿਆ ਚੁਣਿਆ ਜੋ ਸੀ ਜਿਹਨੇ ਮਰਡਰ ਮੋਦੀ ਦੇ ਲਈ ਵੀ ਜਿਹੜੀ ਹੈ ਜਾ ਕੇ ਉੱਥੇ ਲੋਬਿੰਗ ਕੀਤੀ ਔਰ ਇੱਥੇ ਔਰ ਉਹ ਇਹਨੂੰ ਇਹ ਬਿਲਕੁਲ ਹਿੰਦੂਤਵਾ ਦਾ ਫਿੱਟ ਚਿਹਰਾ ਐਵੇਂ ਨਹੀਂ, ਉਹ ਪਟਿਆਲੇ ਦਾ ਰਹਿਣ ਵਾਲਾ ਅੰਮ੍ਰਿਤਸਰ ਲਿਆ ਕੇ ਉਹਨੂੰ ਐਮ ਪੀ ਖੜਾ ਕਰਵਾਇਆ, ਹਾਲਾਂ ਮਰਡਰ ਦਾ ਵੀ ਚਾਰਜ ਰਿਹਾ ਇਹਦੇ ਉੱਤੇ ਜਿਹੜਾ ਉਹਨੇ ਇੱਕ ਅੱਧੇ ਇੰਟਰਵਿਊ 'ਚ ਖੁਦ ਕੀਤਾ ਵੀ ਕਿਤੇ ਪਾਰਕਿੰਗ ਲੋਟ 'ਚ ਗੱਡੀ ਖੜੀ ਕਰਦੇ ਆ ਜਿਸ ਕਿਸਮ ਦਾ ਇਹ ਹੈ ਇਹ ਤਾਂ ਉਹਦਾ ਦੋਸਤ ਕਿਸੇ ਨੂੰ ਕੁੱਟ ਕੁੱਟ ਕੇ ਮਾਰਤਾ, ਉਹ ਜਦੋਂ ਬਰੀ ਹੋ ਗਿਆ ਸੁਪਰੀਮ ਕੋਰਟ। ਪਰ ਇਸ ਸਭ ਦੇ ਬਾਵਜੂਦ ਬੀਜੇਪੀ ਨੇ ਜਿਹਨਾਂ 'ਚ ਵਾਜਪਾਈ ਦਾ ਵੀ ਇਹ ਚਹਿੱਤਾ ਸੀ, ਮੋਦੀ ਦਾ ਵੀ ਚਹਿੱਤਾ ਰਿਹਾ, ਉਹਨੂੰ ਜਿਹੜਾ ਉਹ ਅੰਮ੍ਰਿਤਸਰ ਤੋਂ ਲਿਆ ਕੇ ਖੜਾ, ਕਿਉਂਕਿ ਇਹ ਮੈਸੇਜ ਹੁੰਦੇ ਨੇ ਕਿ ਉਹ ਪਹਿਲਾਂ ਤਾਂ ਇਹ ਦੱਸਣਾ ਚਾਹੁੰਦੇ ਸੀ ਕਿ ਜੇ ਭਾਰਤ ਦੇ ਵਿੱਚ ਜਿਵੇਂ ਮੁਸਲਮਾਨਾਂ ਨੂੰ ਕਹਿੰਦੇ ਨੇ ਕਿ ਭਾਈ ਇੱਥੇ ਜੇ ਤੁਸੀਂ ਰਹਿਣਾ ਵੰਦੇ ਮਾਤਰਮ ਕਰੋ, ਗਊ ਤੁਸੀਂ ਨਹੀਂ ਖਾਣੀ, ਔਰ ਇਹਨੂੰ ਇਹਨਾਂ ਦਾ ਪੰਡਤਾਂ ਦਾ ਹੋਏਗਾ, ਹਜ਼ਰਤ ਮੁਹੰਮਦ ਸਾਹਿਬ ਨੂੰ ਵੀ ਵਿਸ਼ਨੂੰ ਦਾ ਇੱਕ ਅਵਤਾਰ ਮੰਨ ਲੈਣਗੇ, ਜੇ ਬੁੱਧ ਨੂੰ ਜਿਹਨੇ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਟੁੱਥ ਐਂਡ ਨੇਲ, ਅਲਟੀਮੇਟਲੀ ਉਹਨੂੰ ਇਹਨਾਂ ਨੇ ਡਿਸਟਰੋਏ ਕਰ ਦਿੱਤਾ ਉਹਦੀ ਆਈਡੀਓਲੋਜੀ ਨੂੰ, ਤਾਂ ਦੂਜਾ ਕੀ ਹੈ? ਉਹ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਉਹ ਆਲਰੇਡੀ ਇਸ ਕਿਸਮ ਦਾ ਉਹਨਾਂ ਨੇ ਜਦੋਂ ਸਿੱਖਾਂ ਨੂੰ ਆਪਣੇ 'ਚ ਜਜ਼ਬ ਕਰਨ ਦੀ ਗੱਲ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਉਦੋਂ ਕਿਹਾ ਸੀ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੰਜਵਾਂ ਵੇਦ ਮੰਨਣ ਨੂੰ ਤਿਆਰ ਹੈ, ਤੁਸੀਂ ਜਿਹੜਾ ਇਸ ਨੂੰ ਕਰ ਲਓ। ਹੁਣ ਜ਼ਾਹਰ ਹੈ ਕਿ ਵੀ ਇਸ ਸਭ ਦੇ ਵਿੱਚ ਅੰਮ੍ਰਿਤਸਰ ਜਿਹੜਾ ਸਾਡੀ ਸਪਿਰਿਚੁਅਲ ਕੈਪੀਟਲ ਹੈ ਉਸ ਦਾ ਐਮ ਪੀ ਬਣਾਉਣਾ ਰਿਪ੍ਰਜੈਂਟ ਉਹਨੂੰ ਪਾਰਲੀਮੈਂਟ 'ਚ ਉਹ ਕਰ ਰਿਹਾ ਹੋਏ ਜਿਹੜਾ ਸ਼ਿਵਜੀ ਦਾ ਪੁਜਾਰੀ ਹੈ, ਸ਼ਿਵਲਿੰਗ ਘਰ 'ਚ ਰੱਖਿਆ ਹੈ, ਪੰਡਤਾਂ ਦੇ ਨਾਲ ਸੇਵਾ ਉਹਦੀ ਘਰਵਾਲੀ ਵੀ ਨਾਲ, ਉਹਨਾਂ ਦੇ ਪੈਰ ਧੋ ਰਹੇ ਨੇ, ਉਹਨਾਂ ਨੂੰ ਦਕਸ਼ਣਾ ਔਰ ਬੰਬ ਬੰਬ ਭੋਲੇਨਾਥ ਜਿਹੜਾ ਉਹ ਆਪਣੇ ਹਰ 'ਚ ਹਰ ਇੱਕ 'ਚ ਕਰੇ ਔਰ ਪੂਰਾ ਜਿਹੜਾ ਉਹ ਹਿੰਦੂ ਤਵੇ। ਉਦੋਂ ਤਾਂ ਇਹ ਹਰ ਪਾਸ 3 ਵਾਰ ਉੱਥੋਂ ਐਮ ਪੀ ਬਣੇ ਔਰ ਉਹ ਉਹਨੂੰ ਉਹ ਈਵਨ ਫਰਦਰ ਚੀਫ ਮਿਨਿਸਟਰ ਦੇ ਤੌਰ 'ਤੇ ਹੀ ਪ੍ਰੋਜੈਕਟ ਕਰ ਰਹੇ ਸੀ, ਲੇਕਿਨ ਅਲਟੀਮੇਟਲੀ ਬਾਦਲ ਅਕਾਲੀ ਦਲ ਜਿਹੜੇ ਆਪਣੇ ਤੌਰ 'ਤੇ ਹਿੰਦੂ ਤਵੀਆਂ ਦੇ ਸਟੂਡੈਂਟਸ ਆਫ ਦਾ ਫਸਟ ਆਰਡਰ ਨੇ ਉਹਨਾਂ ਨੂੰ ਵੀ ਫਿਕਰ ਪਿਆ ਵੀ ਇਹ ਲਿਆ ਕੇ ਇਹਨਾਂ ਨੇ ਬਿਠਾਇਆ, ਇਹ ਉਹਨਾਂ ਨੇ ਉਹਦੀਆਂ ਜੜ੍ਹਾਂ 'ਚ ਤੇਲ ਦੜਾਂ ਸ਼ੁਰੂ ਕੀਤਾ, ਮੁੱਕਦੀ ਗੱਲ ਉਹ 'ਚੋਂ ਨਿਕਲਿਆ, ਉਹਨੇ ਸੌਦੇਬਾਜ਼ੀ ਜਿਹੀ ਕੀਤੀ, ਆਮ ਆਦਮੀ ਪਾਰਟੀ ਵੱਲ ਵੀ ਗਿਆ ਵੀ ਚੀਫ ਮਿਨਿਸਟਰ ਬਣਾ ਦਿਓ, ਗੱਲ ਨਹੀਂ ਬਣੀ। ਫਿਰ ਉਹਨੇ ਦੇਖਿਆ ਵੀ ਹਾਰ ਹੂਰ ਕੇ ਫਿਰ ਪਟਿਆਲੇ ਵਾਲੇ ਅਮਰਿੰਦਰ ਆਲੇ ਦੀ ਔਲਾਦ ਦੇ ਨਾਲ ਹੀ ਫਿਰ ਜਿਹੜਾ ਉਹਨੇ ਕਿਹਾ ਕੋਈ ਨਹੀਂ ਐਤਕੀ ਮਿਨਿਸਟਰ ਹੀ ਬਣ ਜਾਵਾਂ ਬੜਾ, ਅਤੇ ਹੁਣ ਅੱਗੋਂ ਲਈ ਮੈਂ ਜਿਹੜਾ ਕਿੰਨੀ ਕੁ ਦੇਰ ਬੈਠਾ ਰਹੇਗਾ ਅਮਰਿੰਦਰ, ਅਤੇ ਅਲਟੀਮੇਟਲੀ ਫਿਰ ਮੈਂ ਉਹਦੇ 'ਚ ਹੋਣਾ। ਸੋ ਜਿਸ ਕਿਸਮ ਦਾ ਉਹ ਮਿਨਿਸਟਰੀ ਵੀ ਕਰਦਾ ਉਹਦੇ 'ਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਉਸ ਦਾ ਜਿਹੜਾ ਉਹ ਲਾਫਟਰ ਸ਼ੋਅ ਹੈ ਉਹਦੇ 'ਚ ਉਹ ਰੋਲ ਵੀ ਕਰਦਾ ਜਿਹੜਾ ਹਿੰਦੂ ਤਵੀਆਂ ਨੇ ਸਿੱਖਾਂ ਲਈ ਰੱਖਿਆ ਹੋਇਆ, ਐਵੇਂ ਤਾੜੀਆਂ ਮਾਰੀ ਜਾਏਗਾ, ਝੂਠਾ ਹੱਸੀ ਜਾਏਗਾ, ਉਹ ਵੀ ਉਹਨਾਂ ਨੂੰ ਫਿੱਟ ਬਹਿੰਦਾ। ਪਰ ਕਿਉਂਕਿ ਉੱਥੋਂ ਪੈਸੇ ਪੂਸੇ ਆ ਜਾਂਦੇ ਨੇ, ਅਜੇ ਤੱਕ ਕੋਈ ਇਸ ਕਿਸਮ ਦਾ ਚਾਰਜ ਦੇ 'ਤੇ ਨਹੀਂ ਆਇਆ ਵੀ ਇਹ ਪੈਸੇ ਖਾਂਦਾ। ਸੋ ਇੱਕ ਕਰਪਟ ਸੁਸਾਇਟੀ 'ਚ ਇਹ ਵੀ ਗੱਲ। ਹੁਣ ਇਹ ਐਸਾ ਕੀ ਹੋ ਗਿਆ ਨਵਜੋਤ ਸਿੱਧੂ ਦਾ ਕਿ ਬਈ ਇਹਨਾਂ ਦਿਨਾਂ ਦੇ ਵਿੱਚ, ਹੁਣ ਅਸੀਂ ਜੇ ਇਸ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਤੋਂ ਲੈ ਕੇ ਉਹਦਾ ਉੱਥੇ ਜਿਹੜਾ ਬਿਹੇਵੀਅਰ ਹੈ ਉਹਨੂੰ ਦੇਖੀਏ, ਤਾਂ ਉਹਨੂੰ ਜਿਵੇਂ ਰਿਐਕਟ ਕੀਤਾ ਹਿੰਦੂ ਤਵੀਆਂ ਨੇ, ਹੁਣ ਕਪਿਲ ਦੇਵ ਔਰ ਗਾਵਸਕਰ ਜਿਹੜਾ ਉਹਨਾਂ ਨੇ ਤਾਂ ਆਪਣਾ ਹੱਥ ਖੜੇ ਕਰਤੇ, ਇਹਨੇ ਕੋਈ ਫਲਾਊਟ ਨਹੀਂ ਕੀਤਾ ਪ੍ਰੋਟੋਕੋਲ, ਸੈਂਟਰ ਹੋਮ ਮਿਨਿਸਟਰੀ ਤੋਂ ਇਜਾਜ਼ਤ ਮੰਗੀ, ਬਾਰਡਰ ਕ੍ਰੋਸ ਕੀਤਾ ਗਿਆ। ਜ਼ਾਹਰ ਹੈ ਵੀ ਫਿਰ ਵੀ ਇਸ ਸਭ ਦੇ ਬਾਵਜੂਦ ਕਿ ਹਿੰਦੂ ਤਵੀ ਰੰਗ ਉੱਤੋਂ ਥੱਲੇ ਤੱਕ ਤੁਸੀਂ
ਚੜਾਇਆ ਹੋਏ ਕਿਤੇ ਨਾ ਕਿਤੇ ਕੋਈ ਪੈਰ ਦੀ ਚੀਚੀ ਕੋਈ ਅੰਗੂਠਾ ਰਹਿ ਜਾਂਦਾ ਜੇ ਤਾਂ ਰੰਗ ਨਹੀਂ ਚੜਿਆ ਹੁੰਦਾ ਉਦੋਂ ਤੁਹਾਡੀ ਉਹ ਨਿਕਲ ਆਉਂਦੀ ਹੈ ਸਿੱਖੀ ਪੰਜਾਬੀਅਤ ਨਿਕਲ ਆਉਂਦੀ ਸੋ ਜ਼ਾਹਰ ਹੈ ਵੀ ਉਹਨੇ ਜਾਂਦੇ ਆ ਆਪਣੇ ਕਵਿਤ ਜਿਹਾ ਇੱਦਾਂ ਦੇ ਖੜੇ ਖੜੇ ਉਹ ਬਣਾ ਲੈਂਦਾ ਮੇਰਾ ਯਾਰ ਇਮਰਾਨ ਮੇਰਾ ਫਲਾਣਾ ਅਤੇ ਇੱਦਾਂ ਦਾ ਵੀ ਸੁਣਾ ਤਾ ਵਸਦਾ ਰਹੇ ਪੰਜਾਬ ਜਿਉਂਦਾ ਰਹੇ ਮੇਰਾ ਯਾਰ ਇਹ ਉਹ ਉੱਥੋਂ ਉਹਨੇ ਆਪਣਾ ਸਫ਼ਰ ਸ਼ੁਰੂ ਕੀਤਾ ਫਿਰ ਜਿਵੇਂ ਉਹ ਕਰਦਾ ਹੈ ਕਾਮੇਡੀ ਸਟਾਈਲ ਉਸ ਕਿਸਮ ਦੀਆਂ ਗੱਲਾਂ ਵੀ ਮਾਰਦਾ ਰਹੇ ਪਰ ਕੁੱਲ ਮਿਲਾ ਕੇ ਜਿਹੜਾ ਉਹਦਾ ਜੈਸਚਰ ਸੀ ਫੌਜੀ ਚੀਫ ਨੂੰ ਮਿਲਣ ਦਾ ਔਰ ਫਿਰ ਜਿਹੜਾ ਉਸਨੇ ਜਿਵੇਂ ਇਮਰਾਨ ਖਾਨ ਦੀ ਪਾਰਟੀ ਦੇ ਹੀ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਐਡਰੈਸ ਕਰਦਿਆਂ ਕਿਹਾ ਉਹ ਦੋਨਾਂ ਪੰਜਾਬਾਂ ਦੀ ਸਾਂਝ ਦਾ ਸੀ ਔਰ ਇਹ ਜਿਵੇਂ ਹੁਣ ਜਦੋਂ ਕ੍ਰਿਟੀਸਿਜ਼ਮ ਹੋਇਆ ਉਹਨੇ ਕਿਹਾ ਜੀ ਦੇਖੋ ਮਤਲਬ ਜੇ ਸਿੱਖ ਦੋ ਵੇਲੇ ਔਰ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹਨੂੰ ਵੀ ਜੇ ਤਾਂ ਇਹਨੇ ਪੈ ਟਿਕਣਾ ਤਾਂ ਨਹੀਂ ਹੈਗਾ ਇਹ ਇਸ ਕਿਸਮ ਦੇ ਜਿਹੜੇ ਉਹ ਹਰਫਨ ਜਿਹੇ ਕਰੈਕਟਰ ਹੁੰਦੇ ਨੇ ਨਚਾਰ ਜਿਹੇ ਬਹੁਤੀ ਦੇਰ ਇੱਕ ਤਾਂ ਨਹੀਂ ਪਰ ਜਿਹੜੀਆਂ ਗੱਲਾਂ ਇਸ ਦੌਰ 'ਚ ਕਹੀਆਂ ਈਵਨ ਗੁਰਤੇਜ ਸਿੰਘ ਵਰਗੇ ਸਕਾਲਰ ਨੇ ਉਹਨਾਂ ਨੇ ਵੀ ਜਿਹੜਾ ਸਿੱਧੂ ਨੋਟ ਆਊਟ ਦੇ ਥੱਲੇ ਅੱਜ ਇੱਕ ਪੂਰਾ ਕਾਲਮ ਲਿਖਿਆ ਜਿਸ ਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਉਹਨੇ ਵਿਅੰਗ ਵੀ ਕੀਤੇ ਨੇ ਉਹਦੇ 'ਤੇ ਪਰ ਉਹਨਾਂ ਨੇ ਕਿਹਾ ਵੀ ਉਹਨੇ ਤਾਂ ਉਹੀ ਸਪਿਰਿਟ ਦਿਖਾਈ ਹੈ ਜਿਹੜੀ ਇੱਕ ਸਿੱਖ ਦੀ ਸਪਿਰਿਟ ਹੈ ਕਿਤੇ ਨਾ ਕਿਤੇ ਸੁੱਤਾ ਸਿੱਖ ਉਹਦੇ ਵਿਚਲਾ ਜਾਗਿਆ ਕਿ ਵੀ ਦੋਨਾਂ ਪੰਜਾਬਾਂ ਦੀ ਤੁਸੀਂ ਗੱਲ ਕਰਦੇ ਹੋ ਫਿਰ ਇਹਨੇ ਕਿਹਾ ਨਵਜੋਤ ਸਿੱਧੂ ਨੇ ਕਿ ਵੀ ਮੈਂ ਐਸਾ ਕੀ ਗੁਨਾਹ ਕਰਤਾ ਵੀ ਸਿੱਖ ਜੇ ਦੋ ਵੇਲੇ ਅਰਦਾਸ ਕਰਦੇ ਨੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੀ ਜੇ ਜਨਰਲ ਬਾਜਵਾ ਆਉਂਦਿਆਂ ਹੀ ਮੇਰੇ ਬਿਨਾਂ ਪੁੱਛੇ ਹੀ ਉਹ ਮੈਨੂੰ ਇਹ ਕਹਿੰਦਾ ਕਿ ਸਰਦਾਰ ਜੀ 550 ਸਾਲਾ ਬਾਬਾ ਨਾਨਕ ਦਾ ਹੈ ਅਸੀਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦੇ ਕਹਿੰਦੇ ਮੈਂ ਤਾਂ ਇਹ ਅਸੀਂ ਮੰਨਦੇ ਹਾਂ ਕਿ ਖੁੱਲ੍ਹੇ ਮੈਨੂੰ ਤਾਂ ਚਾਅ 'ਚ ਇੰਨਾ ਕੁ ਹੋਇਆ ਕਿ ਭਾਈ ਹੋਰ ਉਹਦਾ ਮੈਂ ਜਵਾਬ ਕੀ ਦਿਆਂ ਸਾਡੀ ਤਹਿਜ਼ੀਬ 'ਚ ਹੀ ਹੈ ਕਿ ਵੀ ਅਸੀਂ ਜਦੋਂ ਖੁਸ਼ ਹੁੰਦੇ ਹਾਂ ਗੱਲ ਨਾਲ ਲਾਉਂਦੇ ਹਾਂ ਕਿ ਭਾਈ ਅੱਛਾ ਜੇ ਤੁਸੀਂ ਬਾਬੇ ਨਾਨਕ ਲਈ ਫਿਰ ਜਿਹੜੀ ਉਹਨੇ ਗੱਲ ਜਿਹਨਾਂ ਨੇ ਇਹਨਾਂ ਨੂੰ ਤਕਲੀਫ ਦਿੱਤੀ ਕਿ ਜੀ ਜੇ ਕਰਾਚੀ ਅਤੇ ਬੰਬੇ ਦੇ ਵਿੱਚ ਵਪਾਰ ਹੋ ਸਕਦਾ ਅਤੇ ਲਾਹੌਰ ਅੰਮ੍ਰਿਤਸਰ 'ਚ ਕਿਉਂ ਨਹੀਂ ਹੋ ਸਕਦਾ ਔਰ ਜਿਹੜੀ ਵੈਲ ਵਿਸ਼ਰ ਹੈ ਜਾਂ ਦੂਜਾ ਹੈ ਔਰ ਹੁਣ ਜਿਸ ਅੰਦਾਜ਼ ਦੇ ਵਿੱਚ ਜਿਹੜੇ ਉਹਨਾਂ ਨੂੰ ਬਿਲਕੁਲ ਜਿਹੜੇ ਇਸ ਵੇਲੇ ਚੈਲੇਂਜ ਨੇ ਹੋਰ ਤਾਂ ਹੋਰ ਇਹ ਜਿਹੜਾ ਆਪ ਕੈਪਟਨ ਅਮਰਿੰਦਰ ਹੁਣ ਮੈਂ ਜਦੋਂ ਇਖਲਾਕੀ ਗੱਲਾਂ ਆਉਂਦੀਆਂ ਮੈਂ ਵਾਰ ਵਾਰ ਰਿਪੀਟ ਨਹੀਂ ਕਰਨਾ ਚਾਹੁੰਦਾ ਜਿਹਦੇ ਬਾਰੇ ਈਵਨ ਸੁਬਰਾਮਨੀਅਮ ਸਵਾਮੀ ਬੀ ਜੇ ਪੀ ਦਾ ਸਿਟਿੰਗ ਰਾਜ ਸਭਾ ਮੈਂਬਰ ਉਹ ਅਰੂਸਾ ਆਲਮ ਨੂੰ ਮਾਤਾ ਹਰੀ ਕਹਿੰਦਾ ਕਿ ਵੀ ਮਾਤਾ ਹਰੀ ਬੈਠੀ ਹੋਈ ਹੈ ਇੱਥੇ ਹੁਣ ਮਾਤਾ ਹਰੀ ਉਹ ਵੱਡੀ ਜਸੂਸ ਬ੍ਰਿਟਿਸ਼ ਪੀਰੀਅਡ ਦੀ ਜਿਹਨੇ ਫਰਾਂਸ 'ਚ ਜਾ ਕੇ ਜਿਹੜਾ ਮੈਕਸੀਮਮ ਜਰਮਨਸ ਔਰ ਦੂਸਰਿਆਂ ਦੇ ਖਿਲਾਫ਼ ਜਸੂਸੀ ਕੀਤੀ ਔਰ ਇਵੈਂਚੁਅਲੀ ਉਹ ਬਾਹਰੀ ਗਈ ਫੜੀ ਗਈ ਹੁਣ ਜੇ ਬੀ ਜੇ ਪੀ ਨੂੰ ਪਤਾ ਉਹ ਮਾਤਾ ਹਰੀ ਹੈ ਅਜੀਤ ਡੋਵਲ ਜਿਹੜਾ ਬੜਾ ਸਿਆਣਾ ਇਹਨਾਂ ਦਾ ਬੜਾ ਉਹਨੂੰ ਵੀ ਪਤਾ ਮਾਤਾ ਹਰੀ ਹੈ ਅਤੇ ਜਿਹੜਾ ਮਾਤਾ ਹਰੀ ਨੂੰ ਬਿਠਾ ਕੇ ਬੈਠਾ ਜਿਹਨੇ ਆਪਣੀ ਕੋਈ ਉਹਨੂੰ ਸੰਗ ਸੰਕੋਚ ਸ਼ਰਮ ਹਿਆ ਨਹੀਂ ਹੈ ਕਿ ਮੇਰੇ ਪੋਤੇ ਪੋਤੀਆਂ ਦੋਹਤੇ ਦੋਹਤਰੀਆਂ ਅਤੇ ਉਹ ਚੰਗੀ ਬੀਬੀ ਪ੍ਰਨੀਤ ਕੌਰ ਵੀ ਇਹ ਕੀ ਹੈ ਸਮਾਜਕ ਉਹ ਜਿਹੜਾ ਉਹ ਵੀ ਕਹਿ ਰਿਹਾ ਨਹੀਂ ਉਹਨੂੰ ਹੱਗ ਨਹੀਂ ਕਰਨਾ ਚਾਹੀਦਾ ਸੀ ਇਹ ਇਨਐਪਰੋਪ੍ਰੀਏਟ ਸੀ ਅਤੇ ਫਲਾਣਾ ਇਹ ਮਤਲਬ ਹੁਣ ਉਹਨੂੰ ਲੱਗਾ ਕਿ ਵੀ ਇਹ ਹਿੰਦੂ ਤਵੀਆਂ ਦਾ ਕਿਉਂਕਿ ਅਮਰਿੰਦਰ ਨੂੰ ਵੀ ਲੱਗਦਾ ਕਿ ਵੀ ਇਹ ਜਿਹੜਾ ਨਵਜੋਤ ਸਿੱਧੂ ਕਾਂਗਰਸ ਵੀ ਆ ਕੇ ਵੜਿਆ ਅਲਟੀਮੇਟਲੀ ਚਲੋ ਮੇਰੇ ਮਰਨ ਤੋਂ ਬਾਅਦ ਆ ਜਾਏ ਕਿ ਹੁਣ ਜਿਉਂਦੇ ਨਾ ਲੱਤ ਮਾਰ ਦੇ ਵੀ ਰਾਹੁਲ ਗਾਂਧੀ ਕੋਲ ਵੀ ਜਾ ਕੇ ਹਾਜ਼ਰੀ ਲਵਾਉਂਦਾ ਚੌਥੇ ਦਿਨ ਔਰ ਇਸ ਸਾਰੇ ਦੇ ਥੱਲੇ ਔਰ ਜਿਹੜੀ ਗੱਲ ਇਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਵੀ ਇਕੱਲਾ ਇਹ ਨਹੀਂ ਹੈ ਬਾਕੀਆਂ ਦਾ ਕੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਦੋ ਕੇਸ ਦੇਸ਼ ਧਰੋਹ ਦੇ ਇਹਦੇ ਖਿਲਾਫ਼ ਨਵਜੋਤ ਸਿੱਧੂ ਦੇ ਹਿੰਦੂ ਤਵੀਆਂ ਨੇ ਫਾਈਲ ਕਰਾ ਦਿੱਤੇ ਕਿ ਵੀ ਇਹ ਤਾਂ ਦੇਸ਼ ਧਰੋਹ ਹੈ ਕਿ ਕਿੱਥੇ ਸਾਡੇ ਜਵਾਨ ਮਾਰੇ ਜਾ ਰਹੇ ਨੇ ਔਰ ਇਹ ਉਹਨਾਂ ਨੂੰ ਗੱਲ ਨਾਲ ਲਾ ਰਿਹਾ ਔਰ ਉਹਦੇ 'ਚ ਬਜਰੰਗ ਦਲ ਨੇ 5 ਲੱਖ ਰੁਪਈਏ ਦਾ ਇਨਾਮ ਰੱਖਿਆ
ਕਿ ਵੀ ਜਿਹੜਾ ਉਹਦਾ ਸਿਰ ਵੱਢ ਕੇ ਲਿਆਏ ਉਹ ਜਿਹੜਾ ਉਸ ਨੂੰ 5 ਲੱਖ ਰੁਪਈਆ ਦਿੱਤਾ ਜਾਏਗਾ ਔਰ ਅਜੇ ਉਹਨਾਂ ਦੇ ਖਿਲਾਫ ਕੋਈ ਕੇਸ ਰਜਿਸਟਰ ਨਹੀਂ ਹੋਇਆ, ਕੋਈ ਦੂਸਰਾ ਨਹੀਂ ਹੋਇਆ। ਔਰ ਫਿਰ ਇਸ ਸਾਰੇ 'ਚ ਔਰ ਇਹ ਗੱਲ ਇਹ ਨਹੀਂ ਹੈ ਵੀ ਪਹਿਲੀ ਜਦੋਂ ਵੀ ਹੁਣ ਦਲੀਪ ਕੁਮਾਰ ਯੂਸਫ ਜਿਹੜੇ ਦਲੀਪ ਕੁਮਾਰ ਨੂੰ ਵਾਜਪਾਈ ਨੇ ਜਦੋਂ ਕਾਰਗਿਲ ਦਾ ਕਨਫਲਿਕਟ ਚੱਲ ਰਿਹਾ ਸੀ 1999 'ਚ ਉਹਨਾਂ ਨੂੰ ਸੱਦ ਕੇ ਦਲੀਪ ਕੁਮਾਰ ਤੋਂ ਟੈਲੀਫੋਨ ਕਰਵਾਇਆ ਨਵਾਜ਼ ਸ਼ਰੀਫ ਨੂੰ ਕਿ ਜੀ ਇਹ ਠੀਕ ਇਸ ਤਰ੍ਹਾਂ ਨਾ ਕਰੋ, ਇਹ ਸੰਬੰਧ ਖਰਾਬ ਹੋਣਗੇ, ਕਿਉਂਕਿ ਵਾਜਪਾਈ ਨੂੰ ਪਤਾ ਸੀ ਕਿ ਉਹਨੂੰ ਕਿੱਥੇ ਵਰਤਣਾ। ਔਰ ਜਦੋਂ ਉਹਨਾਂ ਨੇ ਪਾਕਿਸਤਾਨ ਨੇ ਨਿਸ਼ਾਨੇ ਹੈਦਰ ਜਿਹੜਾ ਨਿਸ਼ਾਨੇ ਪਾਕਿਸਤਾਨ ਸ਼ਾਇਦ ਹੈਦਰ ਤਾਂ ਉਹਨਾਂ ਦਾ ਫੌਜੀ ਅਵਾਰਡ ਹੈ, ਨਿਸ਼ਾਨੇ ਪਾਕਿਸਤਾਨ ਹਾਈਐਸਟ ਸਿਵਲ ਅਵਾਰਡ ਦਲੀਪ ਕੁਮਾਰ ਨੂੰ ਦਿੱਤਾ ਔਰ ਉਹ ਲੈਣ ਵੀ ਗਿਆ ਕਿਉਂਕਿ ਪਿਸ਼ਾਵਰ ਉਹਦਾ ਵਤਨ ਹੈ। ਔਰ ਉਹ ਇਹ ਲੋਕ ਸੀ ਜਿਹੜੇ ਸਚਿਆਰਤਾ ਨਾਲ ਸਭ ਕੰਟੀਨੈਂਟ ਦੀ ਅਤੇ ਜਿਵੇਂ ਫਿਰ ਉਹਦੀ ਬੈਸ਼ਿੰਗ ਕੀਤੀ, ਉਹਨਾਂ ਨੇ ਕਿਹਾ ਇਹ ਦਲੀਪ ਕੁਮਾਰ ਹੀ ਆ, ਅਸਲੀ ਇਹ ਯੂਸਫ ਹੀ ਨਿਕਲਿਆ, ਇਹ ਤਾਂ 5 ਵੇਲੇ ਦਾ ਨਮਾਜ਼ੀ ਆ ਔਰ ਇਹੀ ਹੈ। ਸੋ ਹੁਣ ਇਸ ਸਾਰੇ 'ਚੋਂ ਹੀ ਇਹੀ ਹਾਲ ਇਸ ਵੇਲੇ ਨਵਜੋਤ ਸਿੱਧੂ ਦਾ ਕੀਤਾ ਜਾ ਰਿਹਾ ਕਿ ਭਾਈ ਇਹ ਅਲਟੀਮੇਟਲੀ ਹੁਣ ISI ਨਾਲ ਵੀ ਆਏਗਾ, ਜੇ ਤਾਂ ਫੌਜ ਦੇ ਨਾਲ ਆਇਆ ਜੇ ਇਹਨੂੰ ਖਾਲਿਸਤਾਨੀ ਬਣਾਉਣਾ ਉਹਨਾਂ ਨੇ, ISI ਦਾ ਏਜੰਟ ਵੀ ਬਣਾਉਣਾ। ਔਰ ਇਸ ਸਾਰੇ 'ਚੋਂ ਹਾਲਾਂ ਕੁਛ ਨੇ ਜਿਨ੍ਹਾਂ 'ਚ ਸ਼ੇਖਰ ਗੁਪਤਾ ਜਿਹੜਾ ਆਪ ਵੀ ਪੁੱਜ ਕੇ ਫਿਰ ਕੋਈ ਹਿੰਦੂ ਹੈ, ਪਰ ਉਸ ਦੀ ਇਹ ਜਿਹੜੀ ਸਟੇਟਮੈਂਟ ਹੈ ਬਾਈ ਹਗਿੰਗ ਪਾਕਿਸਤਾਨ ਆਰਮੀ ਚੀਫ ਨਵਜੋਤ ਸਿੱਧੂ ਡਿਡ ਨਾਟ ਬਿਟਰੇ ਇੰਡੀਆ, ਹੀ ਪ੍ਰਮੋਟਿਡ ਦਾ ਨੈਸ਼ਨਲ ਇੰਟਰਸਟ ਪੰਜਾਬੀ ਸਟਾਈਲ, ਉਹਨੂੰ ਕਿਹਾ ਜੱਫੀ ਪਾਉਣਾ ਤਾਂ ਪੰਜਾਬੀ ਸਟਾਈਲ ਹੈ, ਉਹਨੇ ਤਾਂ ਇਹ ਕੀਤਾ। ਫਿਰ ਉਹਨੇ ਇਹ ਕਿਹਾ ਵੀ ਅਸੀਂ ਇਹ ਹੈ ਉਹ ਹੈ, ਫਿਰ ਉਹਨੇ ਕਿਹਾ ਕਿ ਐਕਸੈਪਟ ਦਾ ਕਮੋਸ਼ਨ ਆਊ ਸੀਮ ਸਟਰੋਂਗਰ, ਸਿੱਧੂ ਆਫਟਰ ਆਲ ਇਜ਼ ਏ ਸਟਾਰ ਐਂਡ ਰੀਸੈਟ ਡਿਫੈਕਟਰ ਫਰੋਮ BJP ਟੂ ਕਾਂਗਰਸ, ਕਿ ਵੀ ਇਹ ਹੁਣੇ ਹੁਣੇ ਆਇਆ। ਔਰ ਇਹ ਸਾਰੇ 'ਚੋਂ ਉਹਨੇ ਕਿਹਾ ਵੀ ਅਸੀਂ ਜੋ ਇਹ ਕਰ ਰਹੇ ਹਾਂ ਜਿਸ ਅੰਦਾਜ਼ ਦੇ ਵਿੱਚ, ਉਸ ਤੋਂ ਇਹ ਹੈ ਕਿ ਵੀ ਅਸੀਂ ਬਿਲਕੁਲ ਈਡੀਏਟ ਹੈ, ਸਟੂਪਿਡ ਹੈ, ਔਰ ਅਸੀਂ ਇਹ ਸਮਝਦੇ ਹੀ ਨਹੀਂ ਕਿ ਵੀ ਇਹ ਜਿਹੜੇ ਨੇ ਗੁੱਡਵਿਲ ਨੂੰ ਜਿਹੜਾ ਪ੍ਰਮੋਟ ਕਰਨ ਦੇ ਜਿਹੜੇ ਨੇ ਇਹ ਡਿਪਲੋਮੈਟਿਕ ਸਟਾਈਲ ਹੋ ਸਕਦੇ ਨੇ। ਔਰ ਫਿਰ ਇੱਕ ਇਸੇ ਤਰ੍ਹਾਂ ਇੱਕ ਪੋਜ਼ਿਟਿਵ ਆਰਟੀਕਲ ਜਿਹੜਾ ਉਹਦੇ ਲਈ ਕੁਲਜੀਤ ਬੈਂਸ ਨੇ ਵਾਜਪਾਈ ਨਾਲ ਤਸ਼ਵੀਸ਼ ਦਿੱਤੀ, ਵਾਜਪਾਈ ਸਿੱਧੂ ਕ੍ਰੋਸ ਦਾ ਲਾਈਨ ਅਦਰਸ ਨੀਡ ਨਾਟ, ਕਿ ਜੀ ਉਹਨਾਂ ਨੇ ਤਾਂ ਦੋਸਤੀ ਦੇ ਲਈ ਲਾਈਨ ਕ੍ਰੋਸ ਕੀਤੀ, ਵਾਹਗਾ ਬਾਰਡਰ ਕੀਤਾ, ਅਤੇ ਉਹਦੇ 'ਚ ਰਾਦਰ ਇਸ ਨੂੰ ਆਪਣੇ ਮੁਫਾਦ ਦੇ ਵਿੱਚ ਲਿਆਂਦਾ ਜਾਂਦਾ, ਇਹ ਸਾਰੇ ਨੂੰ ਉਹਨਾਂ ਨੇ ਬਿਲਕੁਲ ਵਿਰੋਧ 'ਚ ਬਣਾਇਆ। ਫਿਰ ਸ਼ਿਵ ਸੈਨਾ ਦਾ ਜਿਹੜਾ ਮਾਊਥਪੀਸ ਹੈ ਸਾਹਮਣਾ, ਔਰ ਉਹਨਾਂ ਨੇ ਇਸ ਦੇ ਉੱਤੇ ਪੂਰਾ ਜਿਹੜਾ ਉਹ ਟਿੱਪਣੀ ਨਹੀਂ ਕੀਤੀ, ਸਗੋਂ ਉਹਨਾਂ ਨੇ ਤਾਂ ਇਹ ਕਿਹਾ ਕਿ ਨਵਜੋਤ ਸਿੱਧੂ ਵਿਜ਼ਿਟ ਟੂ ਪਾਕਿਸਤਾਨ ਵੇਅਰ ਹੀ ਹੱਗਡ ਪਾਕਿਸਤਾਨ ਆਰਮੀ ਚੀਫ ਇਜ਼ ਦਾ ਹਾਈਟ ਆਫ ਸ਼ੇਮਲੈਸਨੈਸ, ਕਿ ਇਹ ਸ਼ਰਮੀ ਦੀਆਂ ਹੱਦਾਂ, ਬੇਸ਼ਰਮੀ ਦੀਆਂ ਹੱਦਾਂ ਟੱਪ ਦਿੱਤੀਆਂ ਇਹ ਸਾਹਮਣਾ ਦੇ ਵਿੱਚ ਉਹਨਾਂ ਨੇ ਕਿਹਾ ਐਡੀਟੋਰੀਅਲ। ਫਿਰ ਉਹਨਾਂ ਨੇ ਕਿਹਾ ਜੀ ਦੇਖੋ ਜਦੋਂ ਗਾਵਸਕਰ ਅਤੇ ਕਪਿਲ ਦੇਵ ਨਹੀਂ ਗਏ, ਇਹ ਜਿਹੜਾ ਇਹ ਤਾਂ ਬਿਲਕੁਲ ਦੇਸ਼ ਦੇ ਨਾਲ ਗੱਦਾਰੀ ਹੈ ਉਹਨੇ। ਔਰ ਉਹਨੇ ਕਿਹਾ ਕਿ ਨਾਓ ਸਿੱਧੂ ਸ਼ੁੱਡ ਕੰਟੈਸਟ ਫਰੋਮ ਪਾਕਿਸਤਾਨ ਸਿੰਸ ਹੀ ਹੈ ਸੋ ਮਚ ਅਫੈਕਸ਼ਨ ਫਾਰ ਇਟ, ਹੁਣ ਕਹਿੰਦਾ ਉੱਥੋਂ ਚੋਣਾਂ ਲੜ ਹੁਣ, ਕਿਉਂਕਿ ਜਦੋਂ ਵਾਪਸ ਆਇਆ ਸਿੱਧੂ ਉਹਨੇ ਹਾਲੀ ਤੱਕ ਤਾਂ ਆਪਣਾ ਸਟੈਂਡ ਨਹੀਂ, ਉਹਨੇ ਕਿਹਾ ਜੀ ਹੋਰ ਕੀ ਮੈਂ ਕਰਦਾ, ਮੈਂ ਤਾਂ ਬਹੁਤ ਸਾਰੀਆਂ ਮੁਹੱਬਤਾਂ ਲੈ ਕੇ ਆਇਆ, ਉਹਨੂੰ ਕਹਿੰਦਾ ਹੁਣ ਤੂੰ ਜਿਹੜੀਆਂ ਮੁਹੱਬਤਾਂ ਲੈ ਕੇ ਆਇਆ ਨਾ ਉੱਥੇ ਹੀ ਤੂੰ ਜਾ ਕੇ ਹੁਣ ਇਹ ਕਰ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਆਲਰੇਡੀ 2 ਇਸ ਕਿਸਮ ਦੇ ਜਿਵੇਂ ਮਨੀ ਸ਼ੰਕਰ ਆਇਆ ਔਰ ਸ਼ਸ਼ੀ ਥਰੂਰ ਹੈ ਜਿਹੜੇ ਕਦੀ ਕਦਾਈ ਉਹ ਹਾਲਾਂ ਪੱਕੇ ਨੈਸ਼ਨਲਿਸਟ ਨੇ ਇੰਡੀਅਨ, ਪਰ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਹਿੰਦੂਤਵਾ ਨੀਤੀਆਂ ਨੇ ਇਹ ਸਾਡੇ ਦੇਸ਼ ਦਾ ਵੀ ਨੁਕਸਾਨ ਕਰ ਰਹੀਆਂ। ਇਹ ਕਹਿੰਦੇ ਵੀ ਹੁਣ ਉਹਨਾਂ ਦੀ ਨਾਂ ਦੇ ਮਨੀ ਸ਼ੰਕਰ ਆਇਆ ਔਰ ਸ਼ਸ਼ੀ ਥਰੂਰ ਦੇ ਨਾਲ ਜਿਹੜਾ ਇਹ ਨਵਜੋਤ ਸਿੱਧੂ ਵੀ ਸ਼ਾਮਿਲ ਹੋ ਗਏ।
ਫਿਰ ਉਹਨੇ ਕਿਹਾ ਵੀ ਹੁਣ ਤੱਕ ਮੋਦੀ ਜਿਹੜਾ ਹੈ ਉਹ ਕਿਉਂ ਨਹੀਂ ਉਹਦੇ ਖਿਲਾਫ਼ ਸਟੈਂਡ ਲੈ ਰਿਹਾ ਸਿੱਧੂ ਦੇ, ਕਿ ਵੀ ਇਹ ਜਿਹੜਾ ਇਹ ਉਸਨੇ ਇੱਡੀ ਵੱਡੀ ਗਦਾਰੀ ਕੀਤੀ ਹੈ। ਫਿਰ ਉਹਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਦੇ ਕਾਲਡ ਇਟ ਮੋਦੀਜ਼ ਮਾਸਟਰ ਸਟ੍ਰੋਕ, ਸੋ ਹਾਊ ਕੁਡ ਦੇ ਸਟੋਪ ਸਿੱਧੂ ਨਾ। ਉਹਨਾਂ ਨੇ ਫਿਰ ਉਹਦੇ 'ਤੇ ਵੀ ਕੀਤਾ ਕਿ ਜੀ ਉਹ ਵੀ ਤਾਂ ਚਲਾ ਗਿਆ ਸੀ ਉਹਦੇ ਆਪਣੇ ਨਵਾਜ਼ ਸ਼ਰੀਫ ਦੀ ਦੇ ਘਰ, ਅਤੇ ਉੱਥੋਂ ਹੀ ਕਹਿੰਦਾ ਇਹਨੇ ਲਿਆ ਕਲੂ। ਫਿਰ ਜਿਹੜਾ ਉਹਨੇ ਸਿੱਧੂ ਨੇ ਤਾਂ ਕਿਹਾ ਵੀ ਇਹ ਜਿਹੜਾ ਹੈ ਮੇਰੇ ਖਿਲਾਫ਼ ਕ੍ਰਿਟੀਸਿਜ਼ਮ, ਇਹ ਠੀਕ ਨਹੀਂ ਹੈ। ਔਰ ਅਮਰਿੰਦਰ ਨੇ ਵੀ ਜਿਵੇਂ ਮੈਂ ਕਿਹਾ ਹੀ ਆ, ਉਹਨੇ ਕਿਹਾ ਜੀ ਇਹ ਜੱਫੀ ਪਾਣੀ ਬਿਲਕੁਲ ਗਲਤ ਸੀ ਔਰ ਕੰਪਲੇਂਟਸ ਫਾਇਲਡ ਅਗੇਂਸਟ ਸਿੱਧੂ। ਔਰ ਮੈਂ ਇਹਦੇ 'ਚ ਇੱਕ ਪਾਰਟ ਜਿਹੜਾ ਖਾਸ ਤੌਰ 'ਤੇ ਗੁਰਤੇਜ ਸਿੰਘ ਹੋਰਾਂ ਦਾ ਮੈਂ ਜ਼ਿਕਰ ਕੀਤਾ, ਹਾਲਾਂ ਮੈਂ ਉਹਨਾਂ ਦਾ ਹੁਣ ਆਰਟੀਕਲ ਤਾਂ ਨਹੀਂ ਪੜ੍ਹ ਸਕਾਂਗਾ, ਲੇਕਿਨ ਇੱਕ ਹਿੱਸੇ ਨੂੰ ਮੈਂ ਜ਼ਰੂਰ ਜਿਹੜਾ ਉਹਨਾਂ ਨੇ ਵਿਅੰਗ ਵੀ ਕੀਤਾ ਉਹਦੇ 'ਤੇ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਜੇ ਇਸ ਲੈਵਲ 'ਤੇ ਜਾ ਕੇ ਇਹਨਾਂ ਦੀ ਇਹ ਸੋਚ ਹੈ, ਔਰ ਉਹਦੇ ਸਿੱਧੂ ਨੋਟ ਆਊਟ ਦੇ ਥੱਲੇ ਉਹਨਾਂ ਨੇ ਲਿਖਿਆ, ਇਟ ਇਜ਼ ਨੋਟ ਐਵਰੀ ਡੇ ਦੈਟ ਏ ਪਰਸਨਸ ਫਰੈਂਡ ਇਜ਼ ਸਵੋਰਨ ਇਨ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਏ ਨੇਬਰਿੰਗ ਕੰਟਰੀ। ਕਿਸੇ ਦਾ ਦੋਸਤ ਰੋਜ਼ ਪ੍ਰਧਾਨ ਮੰਤਰੀ ਨਹੀਂ ਬਣਦਾ, ਜਿਵੇਂ ਗੁਆਂਢੀ ਕੰਟਰੀ ਦਾ ਬਣਿਆ। ਨਵਜੋਤ ਸਿੱਧੂ ਹੈਜ਼ ਗੋਨ ਟੂ ਅਟੈਂਡ ਦਾ ਸੈਰੇਮਨੀ, ਇਟਸ ਐਨ ਓਕੇਜ਼ਨ ਦੈਟ ਸ਼ੁੱਡ ਹੈਵ ਬੀਨ ਸੀਨ ਐਜ਼ ਏ ਵੈਲਕਮ ਓਪਰਚੁਨਿਟੀ ਟੂ ਪ੍ਰਮੋਟ ਫਰੈਂਡਲੀ ਰਿਲੇਸ਼ਨਸ ਬਿਟਵੀਨ ਇੰਡੀਆ ਐਂਡ ਪਾਕਿਸਤਾਨ, ਦਾ ਪ੍ਰੈਸੀਡੈਂਟ ਆਫ ਅਵਰ ਪ੍ਰਾਈਮ ਮਿਨਿਸਟਰ ਡਰੋਪਿੰਗ ਇਨ ਅਨਇਨਵਾਈਟਿਡ ਟੂ ਗ੍ਰੀਟ ਨਵਾਜ਼ ਸ਼ਰੀਫ ਔਨ ਇਸ ਬਰਥਡੇ ਵਾਜ਼ ਸੀਨ ਐਜ਼ ਏ ਗੁੱਡਵਿਲ ਜੈਸਚਰ ਦੈਟ ਇਟ ਵਾਜ਼, ਦਾ ਦਾ ਵਿਜ਼ਿਟ ਵਾਜ਼ ਟੋਟਲੀ ਅਗੇਂਸਟ ਐਗਜ਼ਿਸਟਿੰਗ ਪ੍ਰੋਟੋਕੋਲ, ਵੀ ਆਰ ਆਲ ਹਿਊਮਨ ਬੀਂਗਸ ਬਿਫੋਰ ਵੀ ਆਰ ਸਿਟੀਜ਼ਨਸ, ਈਵਨ ਐਜ਼ ਸਿਟੀਜ਼ਨਸ ਵੀ ਆਰ ਨੋਟ ਸਲੇਵਸ, ਆਰਟੀਫਿਸ਼ਲ ਲਾਈਨਸ ਔਨ ਮੈਪਸ ਕੈਨ ਨਾਟ ਹੋਲਡ ਅਸ ਫਰੋਮ ਰਿਸਪੋਂਡਿੰਗ ਟੂ ਹਿਊਮਨ ਵਾਰਮਥ, ਇਫ ਵੀ ਆਰ ਸਿਟੀਜ਼ਨਸ ਵੀ ਆਰ ਫਸਟ ਆਫ ਆਲ ਸਿਟੀਜ਼ਨਸ ਆਫ ਹਿਊਮਨ ਫਰੈਟਰਨਿਟੀ ਵਿਚ ਨੋਜ਼ ਨੋ ਬਾਉਂਡਰੀਜ਼, ਗੁਰੂ ਨਾਨਕ ਸਾਹਿਬ ਟਾਕਸ ਆਫ ਦਾ ਇੰਟਾਇਰ ਅਰਥ ਬੀਂਗ ਅਵਰ ਮਦਰ ਹੂਜ਼ ਕਾਮਨ ਚਿਲਡਰਨ ਵੀ ਆਲ ਆਰ, ਫਰੈਂਡਸ਼ਿਪ ਇਨ ਇਟਸੈਲਫ ਇਜ਼ ਏ ਨੋਬਲ ਟ੍ਰੇਟ ਵਿਚ ਕੈਨ ਨਾਟ ਬੀ ਗਿਵਨ ਅਪ ਫਾਰ ਐਨੀਥਿੰਗ ਇਨ ਦਾ ਵਰਲਡ, ਅਵਰ ਯੰਗ ਵਾਰੀਅਰਸ ਆਫ ਓਲਡ ਯੂਜ਼ ਟੂ ਟਰੈਵਲ ਏ 100 miles ਟੂ ਡਾਈ ਵਿਦ ਏ ਫਰੈਂਡ, ਰਿਮੈਂਬਰ ਦਾ ਹੀਰੋ ਭਾਈ ਮਹਿਤਾਬ ਸਿੰਘ ਹੂ ਵਾਕਡ ਫਰੋਮ ਬੀਕਾਨੇਰ ਟੂ ਲਾਹੌਰ ਟੂ ਸ਼ੇਅਰ ਦਾ ਫੇਟ ਆਫ ਭਾਈ ਤਾਰੂ ਸਿੰਘ। ਕਿਹਾ ਦੋਸਤ ਦੋਸਤ ਹੁੰਦੇ ਨੇ, ਸੁੱਖਾ ਸਿੰਘ ਮਹਿਤਾਬ ਸਿੰਘ ਸ਼ਹੀਦ ਹੋਏ, ਭਾਈ ਮਹਿਤਾਬ ਸਿੰਘ ਔਰ ਭਾਈ ਤਾਰੂ ਸਿੰਘ ਫਿਰ ਉੱਥੇ ਲਾਹੌਰ 'ਚ ਉਹਨਾਂ ਨੇ ਸਾਂਝੀ ਸ਼ਹਾਦਤ ਪਾਈ। ਹਾਊ ਕੈਨ ਵੀ ਫੋਰਗੈਟ ਦੈਟ ਇਟ ਇਜ਼ ਪੰਜਾਬ ਔਨ ਦਾ ਅਦਰ ਸਾਈਡ ਟੂ ਵਿਚ ਵੀ ਗੋ ਵੈਨ ਵੀ ਕਰੋਸ ਓਵਰ ਦਾ ਬਾਰਡਰ, ਕਿ ਬਾਰਡਰ ਤਾਂ ਤੁਸੀਂ ਬਣਾਏ ਨੇ, ਅਸੀਂ ਤਾਂ ਪੰਜਾਬ ਜਾਂਦੇ ਜਦੋਂ ਅਸੀਂ ਬਾਰਡਰ ਕਰੋਸ ਕਰਦੇ। ਵੀ ਹੈਵ ਏ ਸ਼ੇਅਰਡ ਹਿਸਟਰੀ ਆਫ ਮੈਨੀ ਮਿਲੇਨੀਅਲਸ ਵਿਦ ਇਟਸ ਇਨਹੈਬੀਟੈਂਟਸ, ਇਸ ਖਿੱਤੇ ਦੇ ਲੋਕਾਂ ਦੀ ਕਈ ਹਜ਼ਾਰ ਸਾਲ ਦੀ ਹਿਸਟਰੀ, ਇਤਿਹਾਸ, ਤਾਰੀਖ ਜਿਹੜੀ ਹੈ ਉਹ ਸਾਂਝੀ ਹੈ। ਸਮ ਆਫ ਅਵਰ ਹੋਰੀਐਸਟ ਸ਼ਰਾਈਨਸ ਆਰ ਦੈਟ ਇਨ ਪੰਜਾਬ, ਦੋਜ਼ ਹੂ ਆਰ ਯੂਲੋਜਾਈਜ਼ਿੰਗ ਪੰਜਾਬੀਅਤ ਡੇ ਇਨ ਐਂਡ ਡੇ ਆਊਟ ਮਸਟ ਪੌਜ਼ ਐਂਡ ਕੰਸਿਡਰ ਵੈਦਰ ਦੇ ਆਰ ਓਨਲੀ ਹਾਫ ਪੰਜਾਬੀਜ਼, ਦੇ ਆਰ ਅਦਰ ਹਾਫ ਐਪੀਅਰਸ ਟੂ ਹੈਵ ਬਿਕਮ ਦਾ ਪ੍ਰੋਪਰਟੀ ਆਫ ਦਾ ਡੈਵਲ। ਹੁਣ ਜਿਹੜੇ ਪੰਜਾਬ ਪੰਜਾਬੀਅਤ ਕਰਦੇ ਨੇ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇਹ ਪੁੱਛੋ ਕਿ ਜਦੋਂ ਪੰਜਾਬ ਪੰਜਾਬੀ ਉਹ ਅੱਧੇ ਪੰਜਾਬ ਦੀ ਸੁੱਖ ਮੰਗਦੇ ਨੇ, ਵੀ ਜੇ ਹੁਣ ਇੱਕ ਵੱਡਾ ਹਿੱਸਾ ਉੱਧਰ ਹੈ ਔਰ ਪੰਜਾਬਾਂ ਦੀ ਸਾਂਝ ਦੀ ਗੱਲ ਤੁਰਦੀ ਹੈ ਤੁਹਾਨੂੰ ਐਸੀ ਤਕਲੀਫ ਕੀ ਹੋਈ ਹੈ। ਸਿੱਧੂ ਇਜ਼ ਬੀਂਗ ਟੋਲਡ ਦੈਟ ਹੀ ਸ਼ੁੱਡ ਹੈਵ ਰਿਮੇਨਡ ਹੀਅਰ ਟੂ ਮੌਰਨ ਦਾ ਡੈਥ ਆਫ ਏ ਫਾਰਮਰ ਪ੍ਰਾਈਮ ਮਿਨਿਸਟਰ, ਇਨ ਦਾ ਪੰਜਾਬ ਵੀ ਡੂ ਨਾਟ ਮੌਰਨ ਦੋਜ਼ ਹੂ ਹੈਵ ਲਿਵਡ ਵੈਲ ਐਂਡ ਹੈਵ ਡਾਈਡ ਏ ਨੈਚੁਰਲ ਡੈਥ ਐਟ ਏ ਰਾਈਪ ਓਲਡ ਏਜ, ਸੰਤ ਮੂਏ ਕਿਆ ਰੋਈ ਹੈ ਜੋ ਆਪਣੇ ਗ੍ਰਹਿ ਜਾਏ। ਅਹਿਮਦ ਸ਼ਾਹ ਅਬਦਾਲੀ ਵਾਜ਼ ਟੋਲਡ ਦੈਟ ਸਿਕਸ ਮੌਕ ਡੈਥ ਐਂਡ ਟੀਅਰ ਟੂ ਪੀਸਿਸ ਦਾ ਪੇਲ ਆਫ ਗਰੀਫ ਇਟ ਸਪਰੈਡਸ ਓਵਰ ਅਦਰਸ, ਆਫਟਰ ਆਲ ਵੀ ਆਰ ਏ ਪਾਰਟ ਆਫ
ਗੁਰੂ ਅਕਾਲ ਪੁਰਖ ਹੂ ਨੈਵਰ ਡਾਈਜ਼, ਨੋ ਬਲੇਮ ਅਟੈਚਸ ਟੂ ਦਾ ਸਿੱਧੂ ਹੁੰਦਾ। ਉਹ ਕਹਿੰਦਾ ਜੀ ਇੱਧਰ ਵਾਜਪਾਈ ਦਾ ਅਫਸੋਸ ਮਨਾਇਆ ਜਾ ਰਿਹਾ ਸੀ, ਇਹ ਖੁਸ਼ੀਆਂ ਚਲਾ ਗਿਆ। ਉਹਨਾਂ ਨੇ ਕਿਹਾ ਵੀ ਇਹ ਤਾਂ ਅਬਦਾਲੀ ਨੇ ਕਿਹਾ ਵੀ ਸਿੱਖ ਤਾਂ ਮੌਤ ਦਾ ਮਜ਼ਾਕ ਉਡਾਉਂਦੇ ਨੇ, ਨਾਲੇ ਉਹ 94 ਸਾਲ ਦਾ ਬੁੱਢਾ ਹੋ ਕੇ ਮਰਿਆ, ਸਾਡੇ ਤਾਂ ਜਿਹੜਾ ਪੱਕੀ ਉਮਰ 'ਚ ਮਰੇ ਉਹ ਤਾਂ ਮਖਾਣੇ ਸੁੱਟਦੇ ਹੁੰਦੇ ਸੀ ਉੱਤੋਂ, ਉਹ ਉਹਦੇ ਨਡੋਏ ਦੇ ਉੱਤੇ ਫੁੱਲ ਸੁੱਟਦੇ ਸੀ। ਹਾਂ ਖੁਸ਼ੀ ਕਰਦੇ ਸੀ, ਉਹਨੂੰ ਕਹਿੰਦੇ ਵੱਡਾ ਕਰਨਾ ਸੀ। ਗੁਰਮਤ ਵੈਸੇ ਮਨਾ ਕੀਤਾ ਇਹਨੂੰ ਵੀ ਜੋ ਵੀ ਆਇਆ ਗਿਆ, ਪਰ ਇਹ ਇੱਕ ਕਲਚਰ ਦਾ ਜਿਸ ਤਹਿਜ਼ੀਬ 'ਚ ਇਹ ਹੋਏ, ਹੁਣ 94 ਸਾਲ ਤੋਂ ਉੱਪਰ 18 ਸਾਲ ਤੋਂ ਵੈਜੀਟੇਬਲ ਬਣਿਆ ਸੀ, ਚੰਗਾ ਉਹਦੀ ਜਾਨ ਛੁੱਟੀ ਹੈ, ਜੂਨ ਛੁੱਟੀ ਹੈ ਨਾਲ। ਉਹ ਕਹਿੰਦੇ ਨੇ ਕਿ ਵੀ ਇਹ ਉਹਨੇ ਕੋਈ ਨੁਕਸਾਨ ਨਹੀਂ ਕੀਤਾ। ਸਿੱਧੂ ਐਮਬਰੇਸਡ ਬਾਜਵਾ, ਹਾਊ ਐਲਸ ਡੂ ਯੂ ਗ੍ਰੇਟ ਗ੍ਰੀਟ ਏ ਨੇਬਰ, ਗ੍ਰੀਟ ਏ ਨੇਬਰ ਹੂ ਬ੍ਰਿੰਗਸ ਦਾ ਗਲੋਰੀਅਸ ਟਾਈਡਿੰਗਸ ਦੈਟ ਦਾ ਗੁਰੂਜ਼ ਲਾਸਟ ਰੈਸਟਿੰਗ ਪਲੇਸ ਇਜ਼ ਟੂ ਬੀ ਓਪਨਲੀ ਐਕਸੈਸੀਬਲ ਟੂ ਦੀਜ਼ ਪੰਜਾਬੀਸ। ਕਿਵੇਂ ਤੁਸੀਂ ਰਿਐਕਟ ਕਰੋਗੇ ਕੋਈ ਤੁਹਾਡੇ ਕੋਲ ਖਬਰ ਲੈ ਕੇ ਆਏ ਕਿ ਤੁਹਾਡੇ ਗੁਰੂ ਦੇ ਜੋਤੀ ਜੋਤ ਸਮਾਣ ਦੀ ਥਾਂ ਤੁਹਾਡੇ ਲਈ ਖੋਲ੍ਹੀ ਜਾ ਰਹੀ ਹੈ? ਹਾਊ ਐਲਸ ਡੂ ਯੂ ਗ੍ਰੀਟ ਟੂ ਏ ਪਰਸਨ ਹੂ ਕਮਸ ਵਿਦ ਦਾ ਟੈਂਟਲਾਈਜ਼ਿੰਗ ਗਿਫਟ ਆਫ ਪੀਸ ਇਨ ਬੋਥ ਹੈਂਡ, ਜਿਹਦੇ ਦੋਨੋਂ ਹੱਥਾਂ 'ਚ ਸ਼ਾਂਤੀ ਬੜੀ ਹੈ, ਤੁਹਾਡੇ ਕੋਲ ਉਹ ਆਉਂਦਾ, ਕੱਲ੍ਹ ਨੂੰ ਇੰਪਲੀਮੈਂਟ ਹੋਏ ਨਾ ਹੋਏ ਕਿਵੇਂ ਤੁਸੀਂ ਉਹਨੂੰ ਟ੍ਰੀਟ ਕਰੋਗੇ? ਵੈਨ ਦੇਰ ਇਜ਼ ਏ ਵਾਰ ਵੀ ਆਰ ਡਿਸਟਰੋਇਡ ਔਨ ਬੋਥ ਸਾਈਡ, ਇਟ ਇਜ਼ ਮਾਈ ਨਨਕਾਣਾ ਮਾਈ ਕਰਤਾਰਪੁਰ ਦੈਟ ਸਫਰਜ਼ ਔਨ ਦੈਟ ਸਾਈਡ, ਇਟ ਇਜ਼ ਦੇਅਰ ਰੋਜ਼ਾ ਸ਼ਰੀਫ ਦੇਅਰ ਸਮਾਣਾ ਵਿੱਚ ਫੇਸਿਸ ਹਾਰਮ ਔਨ ਦਿਸ ਸਾਈਡ। ਉਹਨੇ ਕਿਹਾ ਲੜਾਈ ਦਾ ਮਤਲਬ ਸਾਡੀ ਬਰਬਾਦੀ ਹੈ, ਉਹਨਾਂ ਦਾ ਰੋਜ਼ਾ ਸ਼ਰੀਫ ਔਰ ਸਮਾਣਾ ਪ੍ਰਭਾਵਿਤ ਹੁੰਦੇ ਨੇ, ਸਾਡਾ ਨਨਕਾਣਾ ਕਰਤਾਰਪੁਰ ਪ੍ਰਭਾਵਿਤ ਹੁੰਦੇ ਨੇ। ਵੈਨ ਵਾਜਵਾ ਕਮਜ਼ ਰਾਈਡਿੰਗ ਏ ਟੈਂਕ, ਅਵਰ ਹਰਬਖਸ਼ ਸਿੰਘ ਵਿਲ ਮੀਟ ਹਿਮ ਹਾਫ ਵੇ ਐਟ ਖੇਮ ਕਰਨ, ਕਿ ਜੇ ਬਾਜਵਾ ਟੈਂਕ ਲੈ ਕੇ ਆਏਗਾ ਇਹ 65 ਦੀ ਲੜਾਈ ਦੀ, ਫਿਰ ਸਾਡਾ ਹਰਬਖਸ਼ ਸਿੰਘ ਖੇਮ ਕਰਨ ਜਾ ਕੇ ਟੈਂਕ ਦੇ ਉੱਤੇ ਹੀ ਬਰਾਬਰ ਮਿਲੇਗਾ, ਇਹ ਸਾਡੀ ਹੈ। ਯੂ ਵਿਲ ਨਾਟ ਐਮਬਰੇਸ ਹਿਮ ਆਫ ਦਾ ਬੈਟਲ ਫੀਲਡ, ਯੂ ਵਿਲ ਨਾਟ ਐਂਗੇਜ ਹਿਮ ਇਨ ਦਾ ਫੀਲਡ, ਯੂ ਵਿਲ ਬ੍ਰੈਗ ਅਬਾਊਟ ਲਿੰਚਿੰਗ ਹਿਸ ਪੇਲ ਸ਼ੈਡੋ ਆਫ 1000 ਈਅਰਸ ਲੇਟਰ, ਵੈਨ ਦਾ ਬੈਟਲ ਐਂਡਸ ਅਵਰ ਐਨਮੀ ਐਂਡਸ ਵੀ ਸੈਟ ਇਨ ਦਾ ਗੁਰੂ ਲੰਗਰ ਟੂ ਸ਼ੇਅਰ ਮੀਲਸ ਵਿਦ ਅਫਗਾਨ ਪ੍ਰਿਜ਼ਨਰਸ ਆਫ ਵਾਰ ਕੈਪਚਰ ਫਰੋਮ ਦਾ ਫੋਰਸਿਸ ਆਫ ਫਲਿੰਗ ਟੋਮ ਕੈਟ ਅਬਦਾਲੀ। ਕਿਉਂਕਿ ਸਾਡਾ ਇਤਿਹਾਸ ਹੈ, ਅਬਦਾਲੀ ਨੇ ਘੱਲੂਘਾਰਾ ਵਰਤਾਇਆ, ਦਰਬਾਰ ਸਾਹਿਬ ਡਿਸਟਰੋਏ ਕੀਤਾ, ਸਿੱਖਾਂ ਨੇ ਜਦੋਂ ਉਹ ਪ੍ਰਿਜ਼ਨਰ ਆਫ ਵਾਰ ਲਿਆਂਦੇ ਜਿਹਨਾਂ ਤੋਂ ਦਰਬਾਰ ਸਾਹਿਬ ਦਾ ਕਾਰਸ ਜਿਹੜੀ ਹੈ ਉਹ ਸਾਫ਼ ਕਰਵਾਇਆ, ਉਹਨਾਂ ਨਾਲ ਬਹਿ ਕੇ ਲੰਗਰ ਛਕਿਆ ਲੰਗਰ 'ਚ, ਕਿ ਜਦੋਂ ਜੰਗ ਦਾ ਮੈਦਾਨ ਸੀ ਉਹ ਦੁਸ਼ਮਣ ਸੀ, ਪਰ ਹੁਣ ਜਦੋਂ ਉਹ ਨਾਲ ਨੇ, ਹੁਣ ਤਾਂ ਇਹ ਮਿੱਤਰਤਾ ਦਾ ਪਾਰਟ ਹੈ, ਉਹਨਾਂ ਲਈ ਵੀ ਉਹੀ ਲੰਗਰ ਹੈ, ਇਹ ਸਿੱਖ ਕਰੈਕਟਰ ਹੈ। ਆਫ ਦਾ ਫੀਲਡ ਆਫ ਬੈਟਲ ਵੀ ਆਰ ਆਲ ਪਾਰਟ ਆਫ ਵਨ ਹਿਊਮਨ ਬ੍ਰਦਰਹੁੱਡ, ਦਾ ਸਨਸ ਐਂਡ ਡਾਟਰਸ ਆਫ ਵਨ ਅਕਾਲ ਪੁਰਖ, ਦਾ ਫਾਦਰ ਐਂਡ ਮਦਰ ਆਫ ਅਸ, ਫਾਰ ਅਸ ਦੇਰ ਆਰ ਨੋ ਏਲੀਅਨਸ, ਅਵਰ ਗੁਰੂ ਹੈਜ਼ ਏ ਲਾਰਜ ਹਾਰਟ ਐਂਡ ਏ ਲੈਪ ਐਕਸਟੈਂਡਿੰਗ ਟੂ ਇਨਫਿਨਿਟੀ। ਸਾਡੇ ਗੁਰੂ ਦਾ ਵੱਡਾ ਦਿਲ ਔਰ ਸਾਰੀ ਅਨੰਤਤਾ ਹੀ ਲਈ ਜਿਹੜੀ ਹੈ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਬਾਹਾਂ ਆਪਣੇ ਪਸਾਰੀਆਂ ਹੋਈਆਂ ਨੇ ਆਪਣੀ ਬੋਧ ਚਾਰਿਕ ਨੂੰ ਲਿਆ ਹੋਇਆ। ਸਿੰਸ ਦਿਸ ਪੀਸ ਇਜ਼ ਨੀਅਰਿੰਗ ਦਾ ਐਂਡ, ਮੈਂ ਵੈਸੇ ਪੜ੍ਹਦੇ ਪੜ੍ਹਦੇ ਸਾਰਾ ਪੜ੍ਹ ਵੀ ਦਿੱਤਾ ਕਿਉਂਕਿ ਮੈਨੂੰ ਇਹ ਸੋ ਫੈਸੀਨੇਟਿੰਗ ਲੱਗਾ, ਕਿਉਂਕਿ ਖਬਰਾਂ ਇੱਕ ਸਿਆਸੀ ਨੇ ਇੱਕ ਤੁਸੀਂ ਨਾਲ ਰੂਹਾਨੀਅਤ ਇਤਿਹਾਸ ਜੋੜਦੇ ਹੋ ਜਿਹਦੇ 'ਚ ਗੁਰਤੇਜ ਸਿੰਘ ਸਰ ਕਪੂਰ ਸਿੰਘ ਸਕੂਲ ਆਫ ਥਾਟ ਨੂੰ ਬਿਲੋਂਗ ਕਰਦੇ ਨੇ, ਹਾਲਾਂ ਉਹਨਾਂ ਦੀ ਹਰ ਗੱਲ ਨਾਲ ਅਸੀਂ ਸਹਿਮਤ ਨਹੀਂ ਹਾਂ, ਕੁਛ ਉਹਨਾਂ ਨੇ ਖਾਮ ਖਾਓ ਕੰਟਰੋਵਰਸੀ ਵੀ ਕ੍ਰੀਏਟ ਕਰਦੇ ਨੇ। ਸਿੰਸ ਦਿਸ ਪੀਸ ਇਜ਼ ਨੀਅਰਿੰਗ ਦਾ ਐਂਡ, ਹੀਅਰ ਇਜ਼ ਦਾ ਡਿਸਕਲੇਮਰ, ਉਹਨਾਂ ਨੇ ਕਿਹਾ ਜੀ ਹੁਣ ਇਹ ਖਤਮ ਹੋਣ ਲੱਗਿਆ, ਇਹ ਨਾ ਲੱਗਿਆ ਕਿ ਮੈਂ ਕੋਈ ਸਿੱਧੂ ਦੇ ਨਾਲ ਕੋਈ ਜਿਹੜਾ ਉਹ ਹਮਨ ਵਾਲਾ ਹੈ, ਕੋਈ ਉਹ ਸਾਂਝ ਹੈ। ਆਈ ਪਰਸਨਲੀ ਡੂ ਨਾਟ ਨੋ ਸਿੱਧੂ ਐਂਡ ਹੀ ਹੈਜ਼ ਨੈਵਰ ਹਰਡ ਆਫ ਮੀ, ਉਹਨੇ ਵੀ ਮੇਰੇ ਬਾਰੇ ਸੁਣਿਆ ਨਹੀਂ ਹੋਣਾ ਅਤੇ ਮੈਂ ਉਹਨੂੰ ਬਿਲਕੁਲ ਨਹੀਂ ਜਾਣਦਾ। ਆਈ ਡੂ ਨਾਟ ਲਾਈਕ ਮੈਨੀ ਆਫ ਹਿਜ਼ ਵੇਜ਼ ਐਂਡ ਐਮ ਨੋ ਕ੍ਰਿਕਟ ਫੈਨ, ਮੈਨੂੰ ਉਹਦੇ ਬਹੁਤੇ ਤੌਰ ਤਰੀਕੇ ਪਸੰਦ ਵੀ ਨਹੀਂ ਹੈਗੇ ਅਤੇ ਮੈਂ ਕੋਈ ਕ੍ਰਿਕਟ ਦਾ ਸ਼ਦਾਈ ਵੀ ਨਹੀਂ ਹੈ।
ਯੂ ਹੇਟ ਹਿਮ ਫਾਰ ਵਟ ਹੀ ਹੈਜ਼ ਕਮ ਟੂ ਸਿੰਬੋਲਾਈਜ਼ ਡਿਊਰਿੰਗ ਦਿਸ ਟ੍ਰਿਪ, ਉਹਨੂੰ ਜਿੰਨੀ ਮਰਜ਼ੀ ਨਫ਼ਰਤ ਕਰ ਲਓ ਕਿ ਜੀ ਉਹਨੇ ਉਸ ਟ੍ਰਿਪ 'ਚ ਕੀ ਕੀਤਾ, ਯੂ ਹੇਟ ਹਿਮ ਫਾਰ ਵਟ ਹੀ ਹੈਜ਼ ਕਮ ਟੂ ਸਿੰਬੋਲਾਈਜ਼ ਡਿਊਰਿੰਗ ਦਿਸ ਟ੍ਰਿਪ, ਆਈ ਐਮਬਰੇਸ ਹਿਮ ਫਾਰ ਦਾ ਟਾਈਡਿੰਗਸ ਆਫ ਕਰਤਾਰਪੁਰ, ਫਾਰ ਦਾ ਨਿਊਜ਼ ਆਫ ਪੀਸ, ਫਾਰ ਦਾ ਪ੍ਰੋਫੈਸ਼ਨਸ ਆਫ ਫਰੈਂਡਸ਼ਿਪ ਵਿਦ ਅਦਰ ਪੰਜਾਬ, ਐਂਡ ਫਾਰ ਦਾ ਟਰਬਨ ਹੀ ਵੀਅਰਸ ਔਨ ਹਿਜ਼ ਹੈਡ, ਬਿਕੋਜ਼ ਆਈ ਸਸਪੈਕਟ ਔਨ ਓਕੇਜ਼ਨ ਸੱਚ ਐਸ ਦਿਸ ਹੀ ਵੀਅਰਸ ਇਟ ਇਨ ਹਿਜ਼ ਹਾਰਟ ਟੂ. ਐਜ਼ ਫਾਰ ਦਾ ਰੈਸਟ, ਸਿੱਧੂ ਇਜ਼ ਆਲ ਯੂਅਰਸ, ਆਈ ਵਿਲਿੰਗਲੀ ਡੋਨੇਟ ਹਿਮ ਟੂ ਯੂ. ਉਹਨਾਂ ਕਿਹਾ ਤੁਹਾਡਾ ਹੀ ਆ, ਉਹ ਵੀ ਰੱਖੋ, ਤੁਹਾਨੂੰ ਮੈਂ ਵਿਲਿੰਗਲੀ ਦਿੰਦਾ, ਪਰ ਮੈਂ ਉਹਨੂੰ ਗੱਲ ਨਾਲ ਲਾਉਂਦਾ ਕਿ ਉਹਦੇ ਅੰਦਰ ਉਹ ਕਰਤਾਰਪੁਰ ਦੀ ਕਾਂਗ ਨੇ ਉਹ ਉਹਦੇ ਵਿਚਲਾ ਮਰਿਆ ਸਿੱਖ ਜਗਾਇਆ, ਔਰ ਪੱਗ ਜਿਹੜੀ ਹੈ ਉਹਨੇ ਪਹਿਲੀ ਵਾਰ ਪੱਗ ਦੇ ਤੌਰ 'ਤੇ ਸੋਚਿਆ, ਅਦਰਵਾਈਜ਼ ਪੱਗ ਵੀ ਤੁਹਾਡੀ ਬਣਾਈ ਹੋਈ ਹੈ, ਉਹ ਤੁਹਾਡੇ ਹੀ ਗੁਣ ਗਾਉਂਦਾ. ਸੋ ਉਹਨੇ ਕਿਹਾ ਕਿ ਵੀ ਯੂ ਹੇਟ ਹਿਮ ਫਰ ਵਟ ਹੀ ਹੈਜ਼ ਕਮ ਟੂ ਸਿੰਬਲਾਈਜ਼ ਡਿਊਰਿੰਗ ਦਿਸ ਟ੍ਰਿਪ, ਆਈ ਐਮਬਰੇਸ ਹਿਮ ਫਰ ਦਾ ਟਾਈਡਿੰਗਸ ਆਫ ਕਰਤਾਰਪੁਰ, ਫਰ ਦਾ ਨਿਊਜ਼ ਆਫ ਪੀਸ, ਫਰ ਦਾ ਪ੍ਰੋਫੈਸ਼ਨਸ ਆਫ ਫਰੈਂਡਸ਼ਿਪ ਵਿਦ ਅਦਰ ਪੰਜਾਬ, ਦੋਨਾਂ ਪੰਜਾਬਾਂ ਦੀ ਸਾਂਝ ਦੀ ਉਹਨੇ ਗੱਲ ਕੀਤੀ ਹੈ, ਐਂਡ ਫਰ ਦਾ ਟਰਬਨ ਹੀ ਵੀਅਰਸ ਔਨ ਹਿਜ਼ ਹੈਡ, ਬਿਕੋਜ਼ ਆਈ ਸਸਪੈਕਟ ਔਨ ਓਕੇਜ਼ਨ ਸੱਚ ਐਸ ਦਿਸ ਹੀ ਵੀਅਰਸ ਇਟ ਇਨ ਹਿਜ਼ ਹਾਰਟ ਟੂ, ਕਿ ਉਹਦੇ ਦਿਲ 'ਚ ਵੀ ਕਿਤੇ ਨਾ ਕਿਤੇ ਉਸ ਸਿੱਖ ਹੋਣ ਦੀ ਗੱਲ ਨੇ ਜਿਹੜਾ ਉਹ ਤੁਣਕਾ ਮਾਰਿਆ. ਸੋ ਇਹਦੇ ਨਾਲ ਹੀ ਮੈਂ ਕਲੋਜ਼ ਕਰਦਾ, ਪਰ ਇਸ ਸਾਰੇ 'ਚੋਂ ਜਿਸ ਦੁਸ਼ਮਣ ਦੇ ਨਾਲ ਸਾਡਾ ਵਾਹ ਹੈ ਉਹਨਾਂ ਦਾ ਦੇਖੋ ਕਿ ਭਾਈ ਜੇ ਉਹਨਾਂ ਨੂੰ ਲੱਗਦਾ ਕਿ ਵੀ ਇਹ ਸਾਂਝ ਦੇ ਦੀ ਗੱਲ ਕਰਨੀ ਜਿਹੜੀ ਹੈ ਉਸ ਦੇ ਲਈ ਉਹਦਾ ਸਿਰ ਜਿਹੜਾ ਉਹ ਕਲਮ ਕੀਤਾ ਜਾਣਾ ਚਾਹੀਦਾ, ਉਹਨੂੰ ਉੱਥੇ ਰਹਿਣਾ ਚਾਹੀਦਾ, ਚੋਣਾਂ ਉੱਥੇ ਲੜੇ, ਔਰ ਸਾਰਿਆਂ ਨੂੰ ਕੋਈ ਕੰਮ ਨਹੀਂ ਹੈ ਇਸ ਇਸ਼ੂ ਨੂੰ ਖੜਾ ਕਰਨ ਦੀ ਬਜਾਏ, ਤਾਂ ਫਿਰ ਇਸ ਤੋਂ ਅੰਦਾਜ਼ਾ ਲਾਓ ਕਿ ਅਸੀਂ ਇਹਨਾਂ ਤੋਂ ਇਨਸਾਫ਼ ਮੰਗਦੇ ਹਾਂ ਕਿ ਅਸੀਂ ਜਿਹੜਾ, ਔਰ ਅਸੀਂ ਇਹ ਕਹਿੰਦੇ ਜੀ ਪੀਸ ਕਿਉਂ ਨਹੀਂ ਹੁੰਦੀ, ਹੁਣ ਇਹਦੇ 'ਚ ਪਾਕਿਸਤਾਨ ਨੂੰ ਬਲੇਮ ਕਰੋਗੇ? ਉਹਨੇ ਤਾਂ ਗੁੱਡਵਿਲ ਜੈਸਚਰ ਦੇ ਤੌਰ 'ਤੇ ਉਹ ਇਮਰਾਨ ਖਾਨ ਨੇ ਆਪਣੀ ਵਿਕਟਰੀ ਸਪੀਚ ਕਿਹਾ ਜੀ ਤੁਸੀਂ ਇੱਕ ਕਦਮ ਆਓਗੇ ਅਸੀਂ ਦੋ ਕਦਮ ਤੁਹਾਡੇ ਵੱਲ ਆਵਾਂਗੇ. ਸੋ ਇਹ ਹੈ ਸਾਡੇ ਦੁਸ਼ਮਣ ਦੀ ਜ਼ਹਿਨੀ. ਜੀ ਡਾਕਟਰ ਸਾਹਿਬ, ਬਿਲਕੁਲ. ਥੱਲੇ ਨੇ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਅਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਮਨੁੱਖੀ ਕਾਨਾ ਚੈਨਲ ਹੈ. TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਰਹਿਣੇ ਦੇ ਹੱਕਾਂ ਦਾ ਹਾਮੀ ਹੈ. ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਝੜਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ. ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ. ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ. ਸਾਡੇ ਫੋਨ ਨੰਬਰ 'ਤੇ 5164060694. ਫਿਊਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ.